उस मौके जिहड़ी धिर ने गुरु नानक पातशाह नूं गुरु नानक पातशाह दे फलसफे नूं गुरु नानक पातशाह दे पैरोकारां नूं दुश्मण मन्निया कि इन्हां ने साडा जनेऊ नहीं पाया। बीजेपी आरएसएस उस एजेंडे की धारनी है जिन्ना भगत कबीर जी ने ब्राह्मण अते ब्राह्मणवाद नूं निशाने ते लिया ते उहदी हकीकत नंगी कीती है। ये सारे कासे की झंडा बंधारा आर एस एस बीजेपी हिंदू मानसिकता ने ब्राह्मणवादी मानसिकता ने गुरमत चिंतन नू, सिखी नू, सिखा नू, बड़े टेढ़े मेढ़े ढंग नाल खत्म करन ते लक बन्निया होया। ते बादल दल ने सदा ही हुक्मनामियां नू चुनौती देण दा काम पड़िया होया। जदों डेरा सरसा दे खिलाफ हुक्मनामा जारी होया बाकी सिख जल तां हुक्मनामे की पालना करदा हुंदा सी ते जिहड़े बादल दल वाले सी उह कहिंदे सी हुण असीं कंधां कढ लईए। गुरसिखां दी दाढ़ी पट्टण दा गुरसिखां नूं जलील करन दा इक तरीके नाल खुल देती बादल दल ने भी सिखां दा ना जो मर्जी करो। पुलिस वाले सी उह सिखां नूं कह भी दिंदे सी सियाणे बाणे बजुर्ग बंदिआं नूं कि भाई साहिब सानूं उपरों हदायतां ने कि जे भंगी दास आ के सरसे वाले दा किसी शिकायत कर देवे चुप करके परचा दर्ज करके जेल च मारो, बाद च वेखांगे कौण। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬੀਤ ਸਿੰਘ ਘੁਮਾਨ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕੀਤੀ ਸੀਗੀ ਕਿ ਕਿਵੇਂ ਬੀਜੇਪੀ ਵੱਲੋਂ ਆਰਐਸਐਸ ਵੱਲੋਂ ਸਿੱਖ ਚਿਹਰਿਆਂ ਰਾਹੀਂ ਸਿਆਸਤ ਜਿਹੜੀ ਆ ਉਹਨੂੰ ਅੱਗੇ ਵਧਾਇਆ ਜਾ ਰਿਹਾ। ਮਤਲਬ ਕਿ ਪਹਿਲਾਂ ਕਿਸੇ ਵੇਲੇ ਬੀਜੇਪੀ ਵਿੱਚ ਸਿੱਖ ਨਹੀਂ ਸੀ ਹੁੰਦੇ ਜਾਂ ਕੋਈ ਬਿਰਲਾ ਹੀ ਹੁੰਦਾ ਸੀ, ਪਰ ਹੁਣ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਕਰਨੀ ਆ ਉਹਦੇ ਲਈ ਬੀਜੇਪੀ ਨੂੰ ਵੱਡੇ ਸਿੱਖ ਚਿਹਰਿਆਂ ਦੀ ਲੋੜ ਆ, ਜਿਨ੍ਹਾਂ ਨੂੰ ਕਿਸੇ ਨੂੰ ਮੁੱਖ ਮੰਤਰੀ ਦੇ ਜਾਂ ਹੋਰ ਅਹਿਮ ਅਹੁਦਿਆਂ ਦੇ ਲਈ ਪੇਸ਼ ਕਰਕੇ। ਜਿਹੜਾ ਅਕਾਲੀ ਦਲ ਨੇ ਬਾਦਲ ਦਲ ਨੇ 1994-95 ਦੇ ਵਿੱਚ ਇੱਥੇ ਬੂਟਾ ਲਾਇਆ ਸੀ ਜਦੋਂ ਇਹ ਪੰਜਾਬੀ ਪਾਰਟੀ ਬਣੇ ਸੀ, ਇਹਨਾਂ ਨੇ ਉਹ ਪੰਥਕ ਏਜੰਡਾ ਛੱਡਤਾ ਤੇ ਇਹੋ ਜਿਹਾ ਮਾਹੌਲ ਸੀਗਾ ਵੀ ਜੇ ਕੋਈ ਬਾਦਲ ਦਲ ਦੀ ਸਟੇਜ ਤੇ ਪੰਥ ਕੌਮ ਧਰਮ ਸਿੱਖੀ ਏਦਾਂ ਦੀਆਂ ਗੱਲਾਂ ਕਰੂ ਪਤਾ ਨਹੀਂ ਉਹਨੂੰ ਕੀ ਗੋਲੀ ਮਾਰ ਦੇਣਗੇ। ਸੋ ਬੜੀ ਮਿਹਨਤ ਕੀਤੀ ਗਈ ਬਾਦਲ ਦਲ ਵੱਲੋਂ ਕਿ ਪੰਥ ਦੀ ਗੱਲ ਆਪਣੀ ਸਟੇਜ ਤੋਂ ਨਹੀਂ ਹੋਣੀ ਚਾਹੀਦੀ, ਆਪਾਂ ਹੁਣ ਪੰਜਾਬੀ ਪਾਰਟੀ। ਜਦੋਂ ਇਹ ਪੰਜਾਬੀ ਪਾਰਟੀ ਬਣ ਗਈ ਤੇ ਨਾਲ ਬੀਜੇਪੀ ਨਾਲ ਸਾਂਝ ਪਾ ਲਈ, ਕਮਲ ਕਾ ਫੂਲ ਕਭੀ ਮਤ ਭੂਲ, ਕਮਲ ਦਾ ਫੁੱਲ ਇਹਨਾਂ ਨੇ ਘਰ ਘਰ ਵਾੜਤਾ, ਉਹਦਾ ਰਿਜ਼ਲਟ ਇਹ ਨਿਕਲਿਆ ਕਿ ਜਿਹੜੇ ਜਿਹੜਾ ਅਛੂਤ ਜਿਹੜਾ ਉਹ ਵਿਹਾਰ ਸੀ ਨਾ ਵੀ ਆਪਾਂ ਬੀਜੇਪੀ ਨੂੰ ਇੱਕ ਐਂਟੀ ਸਿੱਖ ਪਾਰਟੀ ਮੰਨਦੇ ਸੀ ਕਿਉਂਕਿ ਰਾਸ਼ਟਰੀ ਸਿੱਖ ਸੰਗਤ ਆਰਐਸਐਸ ਭਗਵਾ ਏਜੰਡਾ ਇਹ ਸਾਰਾ ਕੁਝ ਮਤਲਬ ਸਿੱਖਾਂ ਨੂੰ ਬੜਾ ਚੁਭਦਾ ਹੁੰਦਾ ਸੀਗਾ ਕਿ ਇਹ ਜਿਹੜੀ ਜਮਾਤ ਆ ਇਹਦਾ ਹਿਸਾਬ ਕਿਤਾਬ ਜਿਹੜਾ ਹੈਗਾ ਉਹ ਕੁਛ ਹੋਰ ਆ। ਉਹ ਹਿਸਾਬ ਕਿਤਾਬ ਕੀ ਸੀ? ਉਹ ਇਹ ਸੀਗਾ ਕਿ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸ ਵਿੱਚ ਆਪਾਂ ਗੱਲ ਪੜ੍ਹਦੇ ਹਾਂ ਕਿ ਜਨੇਊ ਪਾਉਣ ਤੋਂ ਨਾ ਕੀਤੀ, ਤਾਂ ਉਸ ਮੌਕੇ ਜਿਹੜੀ ਧਿਰ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪੈਰੋਕਾਰਾਂ ਨੂੰ ਦੁਸ਼ਮਣ ਮੰਨਿਆ ਕਿ ਇਹਨਾਂ ਨੇ ਸਾਡਾ ਜਨੇਊ ਨਹੀਂ ਪਾਇਆ, ਬੀਜੇਪੀ ਆਰਐਸਐਸ ਉਸ ਏਜੰਡੇ ਦੀ ਧਾਰਨੀ ਹੈ ਜਿਸ ਸਾਰੇ ਕਾਸੇ ਨੂੰ ਮਨਮਤ ਕਹਿ ਕੇ ਸਿੱਖੀ ਰੱਦ ਕਰਦੀ ਆ, ਜਿਸ ਸਾਰੇ ਕਾਸੇ ਨੂੰ ਬ੍ਰਾਹਮਣਵਾਦ ਕਰਮ ਕਾਂਡ ਪਖੰਡ ਪੂਰ ਇਦਾਂ ਦੇ ਅੱਖਰ ਜਿਹੜੇ ਆ ਉਹ ਦਿੱਤੇ ਜਾਂਦੇ ਆ, ਜਿਹਦੇ ਖਿਲਾਫ਼ ਸਾਰੀ ਆਸਾ ਦੀ ਵਾਰ ਲਿਖੀ ਹੋਈ ਆ। ਜਿਹੜਾ ਆਪਾਂ ਭਗਤ ਕਬੀਰ ਜੀ ਦੇ ਸਲੋਕ ਪੜ੍ਹਦੇ ਆ, ਜਿੰਨਾ ਭਗਤ ਕਬੀਰ ਜੀ ਨੇ ਬ੍ਰਾਹਮਣ ਅਤੇ ਬ੍ਰਾਹਮਣਵਾਦ ਨੂੰ ਨਿਸ਼ਾਨੇ ਤੇ ਲਿਆ ਤੇ ਉਹਦੀ ਹਕੀਕਤ ਨੰਗੀ ਕੀਤੀ ਹੈ, ਇਹ ਸਾਰੇ ਕਾਸੇ ਦੀ ਝੰਡਾ ਬੰਧਾਰਾ ਆਰਐਸਐਸ ਬੀਜੇਪੀ ਨਾ ਅੱਡ ਅੱਡ ਹੋ ਸਕਦੇ ਆ। ਕੋਈ ਬੰਦਾ ਜਿਹੜਾ ਹੈਗਾ ਆਪਦੇ ਤੌਰ ਦੇ ਉੱਤੇ ਜੋ ਮਰਜ਼ੀ ਸੋਚੀ ਸੱਚੀ ਜਾਵੇ ਕਿ ਜੀ ਬੀਜੇਪੀ ਹੋਰ ਚੀਜ਼ ਹੁੰਦੀ ਆ, ਆਰਐਸਐਸ ਹੋਰ ਚੀਜ਼ ਹੁੰਦੀ ਆ, ਅਸਲ ਵਿੱਚ ਆਰਐਸਐਸ ਨੇ ਬਹੁਤ ਸਾਰੇ ਆਪਦੇ ਨਿੱਕੇ ਮੋਟੇ ਅੰਗ ਜਿਹੜੇ ਨੇ ਉਹ ਬਣਾਏ ਹੋਏ ਨੇ, ਨਿੱਕੀਆਂ ਵੱਡੀਆਂ ਬੇਅੰਤ ਜਥੇਬੰਦੀਆਂ ਬਣਾਈਆਂ ਨੇ। ਤੇ ਉਹ ਕਹਿੰਦੇ ਨੇ ਵੀ ਇੱਕ ਜਿਵੇਂ ਵੱਡਾ ਦਰਖਤ ਹੁੰਦਾ ਉਹਦੇ ਚ ਫਲ ਫੁੱਲ ਟਾਹਣੀਆਂ ਜੜਾਂ ਹੋਰ ਬੜਾ ਕੁਛ ਹੁੰਦਾ ਨਾ, ਉਵੇਂ ਹੀ ਜਿਹੜੇ ਆਰਐਸਐਸ ਭਗਵੇਂ ਬ੍ਰਿਗੇਡ ਦਾ ਜਿਹੜਾ ਹਿੰਦੂ ਤਵੀ ਵਿਰਸ਼ ਹੈ ਦਰਖਤ ਹੈ ਉਹਦੇ ਵਿੱਚ
ਬੜਾ ਕੁਛ ਆ, ਬਜਰੰਗ ਦਲ ਵੀ ਵਿੱਚ, ਹਿੰਦੂ ਮਹਾਸਭਾ ਵਿੱਚ, ਹੋਰ ਸਾਰਾ ਕੁਛ। ਇਹ ਦੇਖਣ ਨੂੰ ਜਿਹੜੇ ਬੰਦੇ ਨੂੰ ਅੱਡ ਅੱਡ ਲੱਗਦੇ ਆ ਉਹਨੂੰ ਵਹਿਮ ਹੋ ਸਕਦਾ, ਪਰ ਹਰੇਕ ਹਿੰਦੂ ਨੂੰ ਪਤਾ ਕਿ ਸਾਰਿਆਂ ਦਾ ਏਜੰਡਾ ਜਿਹੜਾ ਹੈ ਉਹ ਭਾਰਤ ਵਿੱਚ ਹਿੰਦੂ ਰਾਸ਼ਟਰ ਨੂੰ ਵਧਾਉਣਾ। ਜਾਂ ਇਹ ਕਹੀਏ ਕਿ ਜਿਹੜਾ ਕੁਛ ਆਪਾਂ ਪੜ੍ਹਦੇ ਰਹੇ ਹਾਂ ਜਾਂ ਸੁਣਦੇ ਹਾਂ ਵੀ ਔਰੰਗਜ਼ੇਬ ਜਿਹੜਾ ਸੀ ਉਹ ਸਾਰੇ ਭਾਰਤ ਵਿੱਚ ਇਸਲਾਮ ਨੂੰ ਫੈਲਾਉਣਾ ਚਾਹੁੰਦਾ ਸੀ ਜ਼ੋਰ ਜ਼ਬਰ ਦੇ ਨਾਲ, ਤਕਰੀਬਨ ਓਦਾਂ ਦਾ ਹੀ ਕੰਮ ਆ ਯਾਰ ਅਸਲ ਦਾ। ਤੋ ਪਿਛਲੀਆਂ ਸਦੀਆਂ ਵਿੱਚ ਪੂਰਾ ਜਿਹੜਾ ਸੀ ਔਖਾ ਟਾਈਮ ਸੀ, ਤੇ ਉਸ ਮੌਕੇ ਇਹਨਾਂ ਨੇ ਛਲ ਕਪਟ ਨਾਲ ਛਾਪੜ ਛੂਪੜ ਕੇ ਟਾਈਮ ਕੱਢ ਲਿਆ। ਖਾਸ ਤੌਰ ਦੇ ਉੱਤੇ ਗੁਰੂ ਸਾਹਿਬਾਨ ਵੇਲੇ ਜਾਂ ਬਾਅਦ ਵਿੱਚ ਖਾਲਸੇ ਨੇ ਇਹਨਾਂ ਦੀ ਬਾਂਹ ਫੜੀ। ਹੁਣ ਜੇ ਤਾਂ ਹੁੰਦਾ ਕੋਈ ਅਹਿਸਾਨ ਮੰਦ, ਜਾਣੀ ਕਿ ਅਹਿਸਾਨ ਮੰਨਣ ਵਾਲਾ ਬੰਦਾ, ਫਿਰ ਉਹ ਤਾਂ ਇਹ ਕਹਿੰਦਾ ਕਿ ਠੀਕ ਆ ਬੇ ਕਿਸੇ ਵੇਲੇ ਮੇਰੇ ਉੱਤੇ ਬੜਾ ਜਿਹੜਾ ਮਾੜਾ ਟਾਈਮ ਸੀਗਾ ਉਸ ਮੌਕੇ ਮੇਰਾ ਇਹਨਾਂ ਨੇ ਵਕਤ ਲੰਘਾਇਆ, ਮੇਰਾ ਸਾਥ ਦਿੱਤਾ, ਤੇ ਹੁਣ ਮੇਰੇ ਕੋਲੇ ਆ ਗਈ ਸੱਤਾ, ਤੇ ਮੈਂ ਤਾਂ ਇਹੋ ਜਿਹਾ ਹਿਸਾਬ ਕਿਤਾਬ ਬਣਾਊ ਵੀ ਸਾਰੀ ਦੁਨੀਆ ਜਿਹੜੀ ਆ ਉਹ ਗੱਲਾਂ ਕਰਿਆ ਕਰੂ ਵੀ ਜੇਕਰ ਹਿੰਦੂਆਂ ਦਾ ਸਾਥ ਦਿੱਤਾ ਸੀ ਸਿੱਖਾਂ ਨੇ ਤਾਂ ਸਿੱਖਾਂ ਦਾ ਸਾਥ ਦੇਣ ਦੇ ਵਿੱਚ ਜਦੋਂ ਸੱਤਾ ਆਈ ਆ ਉਦੋਂ ਹਿੰਦੂਆਂ ਨੇ ਵੀ ਕਮਾਲ ਕਰ। ਪਰ ਪੰਜ ਸਦੀਆਂ ਤੋਂ ਜਿਹੜਾ ਬੈਰ ਰੱਖਿਆ ਹੋਇਆ ਦਿਲ ਦੇ ਵਿੱਚ ਉਹ ਕਿੱਥੇ ਟਿਕਣ ਦਿੰਦਾ? ਸੋ ਚਾਹੇ ਉਹ ਕਿਸੇ ਵੀ ਰੂਪ ਵਿੱਚ ਲਾ ਲਓ, ਹਿੰਦੂ ਮਾਨਸਿਕਤਾ ਨੇ, ਬ੍ਰਾਹਮਣਵਾਦੀ ਮਾਨਸਿਕਤਾ ਨੇ ਗੁਰਮਤ ਚਿੰਤਨ ਨੂੰ, ਸਿੱਖੀ ਨੂੰ, ਸਿੱਖਾਂ ਨੂੰ ਬੜੇ ਟੇਢੇ ਮੇਢੇ ਢੰਗ ਨਾਲ ਖਤਮ ਕਰਨ ਤੇ ਲੱਕ ਬੰਨਿਆ ਹੋਇਆ। ਕਦੇ ਸਿੱਧਾ ਹਮਲਾ ਹੋ ਜਾਂਦਾ, ਕਦੇ ਸਿਧਾਂਤਕ ਹਮਲਾ ਹੋ ਜਾਂਦਾ, ਕਦੇ ਕਹਿੰਦੇ ਆ ਚਾਹੇ ਤੁਸੀਂ ਅੰਮ੍ਰਿਤ ਛਕੋ, ਬਾਣੀ ਪੜ੍ਹੋ, ਨਿਤਨੇਮ ਕੜੇ ਕਕਾਰ ਸਭ ਕੁਛ ਪਾਓ, ਪਰ ਕੇਸਾਧਾਰੀ ਹਿੰਦੂ ਜਾਣੀ ਕਿ ਬਣ ਜਾਓ, ਹਨਾ। ਮਤਲਬ ਇਹੋ ਜਿਹੀ ਸਿੱਖੀ ਜਿਹੋ ਜਿਹੀ ਰਾਸ਼ਟਰੀ ਸਿੱਖ ਸੰਗਤ ਵਾਲਿਆਂ ਦੀ, ਉਹ ਕੱਛਿਆਂ ਵਾਲਿਆਂ ਦੀ ਹੁੰਦੀ ਆ ਸਿੱਖੀ, ਕਾਲੀਆਂ ਪੱਗਾਂ ਤੇ ਜਿਹੜਾ ਚਿੱਟੀ ਜਿਹੀ ਸ਼ਰਟ ਪਾ ਲੈਂਦੇ ਆ ਉਹ ਖਾਕੀ ਜਾਂ ਕੱਛਾ ਪਾਉਂਦੇ ਆ ਆਰਐਸਐਸ ਵਾਲੇ ਜਿਹੜੇ ਰਾਸ਼ਟਰੀ ਸਿੱਖ ਸੰਗਤ ਵਾਲੇ। ਹੁਣ ਇਹ ਜਿਹੜਾ ਸਾਰਾ ਪ੍ਰੋਜੈਕਟ ਵਾ ਇਹਦੇ ਵਿੱਚ ਸਿੱਖਾਂ ਨੇ ਬਚਣਾ ਕਿ ਫਸਣਾ, ਇਹਦੇ ਲਈ ਆਪਾਂ ਨੂੰ ਚੇਤੇ ਰੱਖਣਾ ਚਾਹੀਦਾ ਕਿ ਸਾਡੀ ਸਭ ਤੋਂ ਸੁਪਰੀਮ ਸੀਟ ਹੈ ਅਕਾਲ ਤਖ਼ਤ ਸਾਹਿਬ। ਤੇ ਅਕਾਲ ਤਖ਼ਤ ਸਾਹਿਬ ਤੇ ਜਦੋਂ ਰਿਪੋਰਟਾਂ ਆਈਆਂ ਉਦੋਂ ਗਿਆਨੀ ਜਗਿੰਦਰ ਸਿੰਘ ਵਿਦੰਤੀ ਜਥੇਦਾਰ ਹੁੰਦੇ ਸੀ, ਹੁਕਮਨਾਮਾ ਜਾਰੀ ਹੋ ਗਿਆ ਕਿ ਇਹਨਾਂ ਨਾਲ ਕਿਸੇ ਕਿਸਮ ਦਾ ਸੰਬੰਧ ਨਹੀਂ ਰੱਖਣਾ। ਤੇ ਬਾਦਲ ਦਲ ਨੇ ਸਦਾ ਹੀ ਹੁਕਮਨਾਮਿਆਂ ਨੂੰ ਚੁਣੌਤੀ ਦੇਣ ਦਾ ਕੰਮ ਫੜਿਆ ਹੋਇਆ। ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜਦੋਂ ਡੇਰਾ ਸਰਸਾ ਦੇ ਖਿਲਾਫ ਹੁਕਮਨਾਮਾ ਜਾਰੀ ਹੋਇਆ ਤਾਂ ਬਾਕੀ ਸਿੱਖ ਜਗਤ ਤਾਂ ਹੁਕਮਨਾਮੇ ਦੀ ਪਾਲਣਾ ਕਰਦਾ ਹੁੰਦਾ ਸੀ, ਤੇ ਜਿਹੜੇ ਬਾਦਲ ਦਲ ਵਾਲੇ ਸੀ ਉਹ ਕਹਿੰਦੇ ਸੀ ਹੁਣ ਅਸੀਂ ਕੰਧਾਂ ਕੱਢ ਲਈਏ, ਅਸੀਂ ਤਾਂ ਪ੍ਰੇਮੀਆਂ ਨਾਲ ਮਿਲਵਰਤਨ ਕਰਨਾ ਹੀ ਆ, ਦੁੱਖ ਸੁੱਖ ਦੀ ਸਾਂਝ ਆ। ਉਹਨਾਂ ਨੇ ਹੁਕਮਨਾਮੇ ਦੀ ਪਾਲਣਾ ਨਾ ਕਦੇ ਪਹਿਲਾਂ ਕੀਤੀ ਸੀ ਨਾ ਅੱਜ ਕਰਦੇ ਆ। ਹਾਂ ਇਹ ਠੀਕ ਆ ਕਿ ਕੱਲ ਬਾੜਾ ਉਹਨਾਂ ਨੇ ਰੌਲਾ ਪਾਇਆ, ਬਿਰਸਾ ਸਿੰਘ ਬਟੋਹਾ ਬੜਾ ਚੀਕ ਝਗਾੜਾ ਪਾ ਰਹੇ ਸੀ, ਹੋਰ ਵੀ ਲੋਕ ਲੱਗੇ ਹੋਏ ਸੀ ਕਿ ਜੀ ਜਿਹੜੇ ਕਾਂਗਰਸ ਦੇ ਕੁਛ ਲੀਡਰ ਨੇ ਉਹ ਨਾਮ ਚਰਚਾ ਚ ਗਏ ਆ ਡੇਰਾ ਸਰਸਾ ਵਾਲਿਆਂ ਦੀ, ਹੈ ਤਾਂ ਮਾੜੀ ਗੱਲ ਆ ਉਹਨਾਂ ਲਈ ਵੀ। ਜਿਹੜਾ ਸਿੱਖ ਆ ਉਹਨੂੰ ਹੁਕਮਨਾਮੇ ਦੀ ਪਾਲਣਾ ਕਰਨੀ ਚਾਹੀਦੀ ਹੈ। ਪਰ ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ? ਬਾਦਲ ਦਲ ਨੇ ਆਪ ਡੇਰਾ ਸਰਸਾ ਦਾ ਠੋਕ ਵਜਾ ਕੇ ਸਾਥ ਦਿੱਤਾ, ਹੁਕਮਨਾਮੇ ਦੀ ਉਲੰਘਣਾ ਕੀਤੀ। ਬਾਦਲ ਦਲ ਨੇ ਤਾਂ ਸਾਥ ਸਹਿਯੋਗ ਤੋਂ ਵੀ ਅੱਗੇ ਮਾਲ ਵਿੱਚ ਤੂਤੀ ਬੋਲਦੀ ਹੁੰਦੀ ਸੀਗੀ, ਐਵੇਂ ਨਹੀਂ ਅਗਲੇ ਵੋਟਾਂ ਪਾਉਂਦੇ ਸੀ। ਗੁਰਸਿੱਖਾਂ ਦੀ ਦਾੜੀ ਪੱਟਣ ਦਾ, ਗੁਰਸਿੱਖਾਂ ਨੂੰ ਜਲੀਲ ਕਰਨ ਦਾ ਇੱਕ ਤਰੀਕੇ ਨਾਲ ਖੁੱਲ੍ਹ ਦੇ ਤੀ ਬਾਦਲ ਦਲ ਨੇ ਵੀ ਸਿੱਖਾਂ ਦਾ ਨਾ ਜੋ ਮਰਜ਼ੀ ਕਰੋ। ਔਰ ਕਈ ਜਿਹੜੇ ਪੁਲਿਸ ਵਾਲੇ ਸੀ ਉਹ ਸਿੱਖਾਂ ਨੂੰ ਕਹਿ ਵੀ ਦਿੰਦੇ ਸੀ, ਸਿਆਣੇ ਬਾਣੇ ਬਜ਼ੁਰਗ ਬੰਦਿਆਂ ਨੂੰ, ਕਿ ਭਾਈ ਸਾਹਿਬ ਸਾਨੂੰ ਉੱਪਰੋਂ ਹਦਾਇਤਾਂ ਨੇ ਕਿ ਜੇ ਭੰਗੀ ਦਾਸ ਆ ਕੇ ਸਰਸੇ ਵਾਲੇ ਦਾ ਕਿਸੇ ਦੀ ਸ਼ਿਕਾਇਤ ਕਰ ਦੇਵੇ, ਚੁੱਪ ਕਰਕੇ ਪਰਚਾ ਦਰਜ ਕਰਕੇ ਜੇਲ੍ਹ 'ਚ ਮਾਰੋ, ਬਾਅਦ 'ਚ ਦੇਖਾਂਗੇ ਕੌਣ। ਪਰ ਇੱਥੇ ਕਿਸੇ ਦੀ ਸੁਣਵਾਈ ਨਹੀਂ ਕਰਨੀ, ਕਿਸੇ ਸਿੱਖ ਦੀ, ਕਿਸੇ ਹੋਰ ਦੀ, ਭੰਗੀ ਦਾਸਾਂ ਦੀ, ਡੇਰਾ ਸਰਸੇ ਵਾਲਾਂ ਦੀ ਚੱਲਣੀ। ਸੋ ਮਾਲਵੇ ਦੇ ਦਫ਼ਤਰਾਂ ਦੇ ਵਿੱਚ, ਸਰਕਾਰੀ ਅਹੁਦਿਆਂ ਦੇ ਉੱਤੇ ਜਾਂ ਹਰ ਥਾਂ ਦੇ ਉੱਤੇ ਤੂਤੀ ਬੋਲਦੀ ਰਹੀ ਆ ਬਾਦਲ ਦਲ ਦੇ ਵਿੱਚ। ਐਵੇਂ ਨੀ ਉਹਨਾਂ ਦੀ ਜ਼ਰੂਰਤ ਪਈ ਗੁਰੂ ਸਾਹਿਬ ਦਾ ਸਰੂਪ ਚੋਰੀ ਕਰਨ ਦੀ, ਐਵੇਂ ਨੀ ਜ਼ਰੂਰਤ ਪਈ ਉੱਥੇ ਵਰ ਕੇ ਲੈ ਕੇ ਲਾਉਣ ਦੀ ਵੀ ਸਾਡੇ ਕੋਲ ਆ ਗੁਰੂ, ਜੇ ਥੋੜੀ ਜਿਹੀ ਜ਼ਰੂਰਤ ਆ ਲੈ ਜੂ। ਐਵੇਂ ਨੀ ਅੰਗ ਅੰਗ ਖਿਲਾਰਨ ਦੀ, ਗਲੀਆਂ ਚ ਬਰਗਾੜੀ ਦੀਆਂ ਚ ਉਹਨਾਂ ਦੀ ਜ਼ਰੂਰਤ ਪਈ। ਤੇ ਜਦੋਂ ਪਤਾ ਵੀ ਸੀ ਇਹਨਾਂ ਨੂੰ, ਸਾਰੇ ਲੋਕ ਦੱਸ ਰਹੇ ਸੀਗੇ ਕਿ ਜਿਹੜਾ 4-5 ਮਹੀਨੇ ਤੋਂ ਸਰੂਪ ਚੋਰੀ ਹੋਇਆ ਉਹ ਡੇਰਾ ਸਰਸਾ ਵਾਲਾਂ ਦੀ ਕਰਤੂਤ ਆ, ਤਾਂ ਬਾਦਲ ਦਲ ਨੇ
ਕੋਟਕਪੂਰੇ ਦੇ ਵਿੱਚ ਤੇ ਬਾਦਲ ਕਲਾਂ ਦੇ ਵਿੱਚ ਸੰਗਤਾਂ ਤੇ ਤਾਂ ਗੋਲੀ ਚਲਾਉਣੀ ਮਨਜ਼ੂਰ ਕਰ ਲਈ। ਸੰਗਤਾਂ ਨੂੰ ਤਾਂ ਦੋ ਸਿੰਘ ਉੱਥੇ ਸ਼ਹੀਦ ਹੋ ਗਏ, ਪਰ ਡੇਰਾ ਸਰਸੇ ਵਾਲੇ ਨੂੰ ਕੁਛ ਨਹੀਂ ਕਿਹਾ। ਲੋਕ ਪਿੱਟ ਕੇ ਮਰ ਗਏ, ਪਰ ਇਹਨਾਂ ਨੇ ਦੋ ਨੌਜਵਾਨ ਸੀ ਉੱਥੇ ਪੰਜ ਕਰਾਈ ਵਾਲੇ, ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ, ਅੱਜ ਵੀ ਬਾਦਲ ਸੈਨਾ ਉਹਨਾਂ ਨੂੰ ਭੰਡੀ ਜਾਂਦੀ ਰਹਿੰਦੀ ਆ, ਉਹਨਾਂ ਦੇ ਦੁਆਲੇ ਹੋਏ ਰਹੇ ਕਿ ਲਓ ਜੀ ਇਹਨਾਂ ਨੇ ਬੇਅਦਬੀ ਕੀਤੀ ਆ। ਆਹੋ ਪਿੱਛੇ ਜਦੋਂ ਰਣਵੀਰ ਸਿੰਘ ਖੱਟੜਾ ਇੱਥੇ ਅਕਾਲ ਤਖ਼ਤ ਤੇ ਆਇਆ ਸੀ, ਬੀਬੀ ਜਗੀਰ ਕੌਰ ਨੇ ਸੱਦਿਆ ਸੀ ਉਹਨੂੰ, ਉਦੋਂ ਹਾਲਾਂਕਿ ਉਹ ਸਪਸ਼ਟ ਵੀ ਕਰ ਗਿਆ ਕਿ ਉਹ ਕੋਈ ਬੇਅਦਬੀ ਦੇ ਦੋਸ਼ੀ ਨਹੀਂ ਹੈਗੇ, ਉਹਨਾਂ ਨੇ ਵੈਸੇ ਉੱਥੇ ਗੜਬੜਾਂ ਕੀਤੀਆਂ ਜਾਂ ਹੋਰ ਕਈ ਗੱਲਾਂ ਨੇ। ਖੈਰ ਬਾਅਦ ਵਿੱਚ ਸਾਰੀ ਗੱਲ ਨੰਗੀ ਵੀ ਹੋ ਗਈ, ਮਿੰਦਰਪਾਲ ਬਿੱਟੂ ਤੇ ਉਹਦੀ ਸਾਰੀ ਟੀਮ ਜਿਹਦੇ ਬਾਰੇ ਬੀਬੀ ਮੀਨਸਾ, ਰਣਜੀਤ ਕੌਰ ਮੀਨਸਾ ਸ਼ਾਇਦ ਉਹਦਾ ਨਾਂ, ਉਹਨੇ ਪਿੱਛੇ ਜੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹਫ਼ਤਾ ਕੁ ਪਹਿਲਾਂ ਕਿ ਜਿਹੜੇ ਬੰਦੇ ਧੂਰੀ ਵਾਲੇ, ਹਰਸ਼ ਹੋਣੀ ਬਰੇਟੇ ਵਾਲੇ, ਹੋਰ ਸਾਰੇ ਜਿਹੜੇ ਸਾਡੇ ਇਲਾਕੇ 'ਚ ਬੇਅਦਬੀਆਂ ਕਰਨ ਕਰਾਉਣ ਵਾਲੇ ਆ ਦਿੱਲੀ, ਮੈਂ ਉਹਨਾਂ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਮਿਲਦਿਆਂ ਗਿਲਦਿਆਂ ਨੂੰ ਦੇਖਿਆ। ਹੁਣ ਇੱਕ ਪਾਸੇ ਤਾਂ ਸਾਰਾ ਸਿੱਖ ਜਗਤ ਹੱਥਾਂ ਪੈਰਾਂ 'ਚ ਆਇਆ ਪਿਆ ਕਿ ਕਿਸੇ ਤਰੀਕੇ ਨਾਲ ਇਹ ਪਾਪੀ ਤੇ ਦੁਸ਼ਟ ਬੰਦੇ ਇਹਨਾਂ ਨੂੰ ਸਜ਼ਾਵਾਂ ਮਿਲਣ, ਤੇ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨਾਲ ਜੱਫੀਆਂ ਵੀ ਪਾਉਂਦੇ ਆ ਤੇ ਲੋਕਾਂ ਨੂੰ ਕਹਿੰਦੇ, ਉਹਨਾਂ ਨੂੰ ਵਾਅਦਾ ਕਰਦੇ ਆ ਵੀ ਕੋਈ ਗੱਲ ਨੀ, ਜਿਹੜੀ ਆ ਕੈਪਟਨ ਵਾਲੀ ਸਰਕਾਰ ਹੈ ਇਹ ਵੀ ਆਪਣੀ ਹੋਈ ਆ, ਏਡੀ ਕਿਹੜੀ ਚਿੰਤਾ ਵਾਲੀ ਗੱਲ। ਖੈਰ ਜਿਵੇਂ ਡੇਰਾ ਸਰਸਾ ਦੇ ਖਿਲਾਫ ਜਾਰੀ ਹੋਏ ਹੁਕਮਨਾਮੇ ਨੂੰ ਠਿੱਠ ਕੀਤਾ, ਸਿੱਖਾਂ ਨੂੰ ਜਲੀਲ ਕੀਤਾ, ਉਵੇਂ ਹੀ ਬਾਦਲ ਦਲ ਨੇ RSS ਦੇ ਖਿਲਾਫ ਜਿਹੜਾ ਹੁਕਮਨਾਮਾ ਜਾਰੀ ਹੋਇਆ ਉਹਦੀ ਵੀ ਕਦੇ ਪਰਵਾਹ ਨਹੀਂ ਕੀਤੀ, ਬੀਜੇਪੀ ਨਾਲ ਜੱਫੀਆਂ ਪਾਈ ਰੱਖੀਆਂ, ਸਾਰਾ ਭੇਤ ਅਗਲਿਆਂ ਨੇ ਲੈ ਲਿਆ ਤੇ ਉਹਨਾਂ ਨੇ ਹੌਲੀ ਹੌਲੀ, ਸਾਡੇ ਪਿੰਡਾਂ ਚ ਕਹਿੰਦੇ ਹੁੰਦੇ ਆ ਜਿਹਦਾ ਯਾਰ ਪਚਾਦਾ, ਜੇ ਭੱਜਣਾ ਤਾਂ ਭੱਜ ਲੇ, ਨਹੀਂ ਖਾਧਾ ਹੀ ਖਾਧਾ। ਵੀ ਜਿਹਨੇ ਬ੍ਰਾਹਮਣਵਾਦੀ ਹਿੰਦੂ ਤੇ ਵੀ ਬ੍ਰਾਹਮਣ ਬਾਣੀਆਂ ਬਿਰਤੀ ਵਾਲੇ ਨੂੰ ਯਾਰ ਬਣਾ ਲਿਆ ਨਾ, ਜੇ ਉਹਨੇ ਵੱਜਣਾ ਤਾਂ ਭੱਜ ਲਵੇ, ਜੇ ਵੱਜਣਾ ਤਾਂ ਭੱਜ ਲਾ, ਨਹੀਂ ਖਾਧਾ ਹੀ ਖਾਧਾ। ਦੁਸ਼ਮਣ ਦੀ ਲੋੜ ਹੀ ਨਹੀਂ ਜਿਹਨੇ ਇਹੋ ਜਿਹੇ ਨਾਲ ਯਾਰੀ ਪਾ ਲਈ। ਪਰ ਬਾਦਲ ਦਲ ਵਾਲੇ ਉਦੋਂ ਕਹਿੰਦੇ ਹੁੰਦੇ ਸੀਗੇ ਸਾਡੀ ਦਿੱਲੀ ਤੱਕ ਚੱਲਦੀ ਆ, ਸਾਡੀ ਦਿੱਲੀ ਤੱਕ ਪਹੁੰਚ ਆ, ਤੇ ਅਗਲਿਆਂ ਨੇ ਅੰਦਰੋਂ ਅੰਦਰ ਭੇਤ ਲੈ ਕੇ ਬੰਦਿਆਂ ਨੂੰ ਗੰਢ ਲਿਆ ਤੇ ਅੱਜ ਦੋ ਵੱਡੀਆਂ ਤੋਪਾਂ ਬਾਦਲ ਦਲ ਦੀਆਂ ਅਗਲੇ ਪੱਟ ਕੇ ਲੈ ਗਏ। ਇੱਕ ਤਾਂ ਜਿਹੜਾ ਮਨਜਿੰਦਰ ਸਿੰਘ ਸਰਸਾ, ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ, ਕਾਰਜਕਾਰੀ ਵੀ ਇਸ ਵੇਲੇ, ਉਹਨੂੰ ਸ਼ਾਮਲ ਕਰ ਲਿਆ ਹੈਗਾ ਬੀਜੇਪੀ ਚ। ਦੂਸਰਾ ਜਿਹੜਾ ਬਾਦਲ ਦਲ ਨੇ ਫੈਡਰੇਸ਼ਨ ਨੂੰ ਖਤਮ ਕਰਨ ਦੇ ਲਈ ਇੱਕ ਬਰਾਬਰ ਦੀ ਜਥੇਬੰਦੀ ਖੜੀ ਕੀਤੀ ਸੀ, ਕਿਉਂਕਿ ਪਹਿਲਾਂ ਸਿੱਖ ਨੌਜਵਾਨ ਜਿਹੜੇ ਸੀ ਸਾਬਤ ਸੂਰਤ ਹੋ ਕੇ ਸਿੱਖ ਮਰਿਆਦਾ ਚ ਪਰਪੱਕ ਹੋ ਕੇ ਉਹ ਕੌਮ ਦੀ ਸੇਵਾ ਲਈ ਫੈਡਰੇਸ਼ਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਰਾਹੀਂ ਸੇਵਾ ਕਰਦੇ ਕਰਾਉਂਦੇ ਹੁੰਦੇ ਸੀ। ਜਦੋਂ ਬਾਦਲ ਦਲ ਨੇ ਦੇਖਿਆ ਵੀ ਜਿਹੜੇ ਸਾਡੇ ਮਗਰ ਲੱਗਦੇ ਆ ਉਹਨਾਂ ਦਾ ਤਾਂ ਹਿਸਾਬ ਕਿਤਾਬ ਵੀ ਕੁਛ ਹੋਰ ਹੁੰਦਾ, ਸਾਨੂੰ ਸਿਆਸੀ ਬੰਦਿਆਂ ਨੂੰ ਤਾਂ ਉਹ ਬੰਦੇ ਚਾਹੀਦੇ ਆ ਜਿਹਨਾਂ ਦਾ ਕੋਈ ਅਖਲਾਕ ਨਾ ਹੋਵੇ, ਜਿਹੜੇ ਕੋਈ ਸਵਾਲ ਨਾ ਕਰਨ, ਤੇ ਜਿਹੜਾ ਫੈਡਰੇਸ਼ਨ ਵਾਲਾ ਹੋਏਗਾ ਉਹ ਤਾਂ ਸਿੱਖੀ ਦਾ ਦਰਦ ਰੱਖਦਾ ਹੋਏਗਾ, ਜਦੋਂ ਵੀ ਕੋਈ ਗੈਰ ਸਿਧਾਂਤਕ ਗੱਲ ਹੋਵੇਗੀ ਸਵਾਲ ਕਰੇਗਾ। ਸੋ ਸੌਖਾ ਤਰੀਕਾ ਫਿਰ ਬਾਦਲ ਦਲ ਨੇ ਲੱਭਿਆ ਕਿ ਇਹਦੀ ਥਾਂ ਦੇ ਉੱਤੇ ਇੱਕ ਨਵੇਂ ਜਥੇਬੰਦੀ ਵੀ ਬਣਾ ਲਓ, ਫੈਡਰੇਸ਼ਨ ਦਾ ਖੜਾ ਛੱਡੋ। ਹਾਲਾਂਕਿ ਫੈਡਰੇਸ਼ਨ ਦੇ 15 ਵੀ ਟੁਕੜੇ ਕਰਕੇ ਉਹਨਾਂ ਸਾਰਿਆਂ ਨੂੰ ਆਪਦੇ ਨਾਲ ਗੰਢੀ ਰੱਖਿਆ ਵੱਡੇ ਬਾਦਲ ਨੇ, ਤੇ ਛੋਟੇ ਬਾਦਲ ਨੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ SOI ਸੋਈ ਬਣਾ ਲਈ। ਉਹਦੇ ਵਿੱਚ ਜਿੰਨੇ ਵੀ ਸਿੱਖ ਨੌਜਵਾਨ ਪਤਤ ਸੀ ਜਾਂ ਜਿਨ੍ਹਾਂ ਦਾ ਸਿੱਖੀ ਵੱਲ ਉਵੇਂ ਦਾ ਹਿਸਾਬ ਕਿਤਾਬ ਨਹੀਂ ਸੀ ਕਿ ਉਹ ਫੈਡਰੇਸ਼ਨ ਜਾਂ ਕਿਸੇ ਹੋਰ ਸਿੱਖ ਸੰਸਥਾ ਵਿੱਚ ਐਡਜਸਟ ਹੋ ਸਕਦੇ, ਉਹਨਾਂ ਸਾਰਿਆਂ ਨੂੰ ਫਿਰ ਬਾਦਲ ਦਲ ਨੇ ਸੋਈ ਵਿੱਚ ਲਿਆਂਦਾ। ਤੇ ਇਹੋ ਜਿਹਾ ਇੱਕ ਨੌਜਵਾਨ ਸੀਗਾ ਪਰਮਿੰਦਰ ਸਿੰਘ ਬਰਾੜ, ਬੜਾ ਸਰਗਰਮ ਰਿਹਾ ਨੌਜਵਾਨ, ਤੇ ਉਹਨੂੰ ਸੋਈ ਦਾ ਕਿਸੇ ਟਾਈਮ ਕਰਤਾ ਧਰਤਾ ਵੀ ਬਣਾਇਆ, ਪਿੱਛੇ ਜੇ ਉਹਨੇ ਛਾਲ ਮਾਰੀ ਕਾਂਗਰਸ ਵਿੱਚ, ਤੇ ਅੱਜ ਮਨਜਿੰਦਰ ਸਿੰਘ ਸਰਸਾ ਤੇ ਪਰਮਿੰਦਰ ਸਿੰਘ ਬਰਾੜ ਇਹ ਦੋਨੇ ਭਾਜਪਾ ਚ ਚਲੇ ਗਏ। ਭਾਜਪਾ ਚ ਚਲੇ ਗਏ ਜਾਂ RSS ਵਿੱਚ ਚਲੇ ਗਏ, ਗੱਲ ਇੱਕੋ ਹੀ ਹੈ। ਮਨਜਿੰਦਰ ਸਿੰਘ ਸਰਸਾ ਜਿਹੜਾ ਹੈ
ਉਹਦੇ ਬਾਰੇ ਆਪਾਂ ਨੂੰ ਪਤਾ ਕਿ ਜਦੋਂ ਲਾਲ ਕਿਲੇ ਉੱਤੇ ਝੰਡਾ ਚਲਾਇਆ ਗਿਆ 26 ਜਨਵਰੀ ਨੂੰ, ਉਦੋਂ ਬਾਅਦ ਜਿਹੜੇ ਪਰਚੇ ਹੋਏ ਉਦੋਂ ਵੀ ਉਹਨੇ ਕਾਫੀ ਭੱਜ ਦੌੜ ਕੀਤੀ, ਹੋਰ ਵੀ ਸਿੱਖ ਮਸਲਿਆਂ ਦੇ ਉੱਤੇ ਕਾਫੀ ਜ਼ਿਆਦਾ ਤਤਪਰਤਾ ਦਿਖਾਉਂਦਾ ਹੈ। ਆ ਜਿਹੜੀ ਕੰਗਣਾ ਰਣੌਤ ਨੇ ਕੜੀ ਘੋਲੀ, ਇਹਦੇ ਖਿਲਾਫ਼ ਵੀ ਉਹਨੇ ਕਾਫੀ ਤਟਫਟ ਕਾਰਵਾਈ ਕੀਤੀ ਕਰਾਈ, ਪਰ ਅੱਜ ਜਦੋਂ ਉਹ ਬੀਜੇਪੀ ਜੁਆਇਨ ਕਰ ਗਿਆ ਤਾਂ ਜਿਹੜੀਆਂ ਗੱਲਾਂ ਆਪਾਂ ਕੱਲ ਵਿਚਾਰੀਆਂ ਸੀਗੀਆਂ ਆਪਦੇ ਪ੍ਰੋਗਰਾਮ ਦੇ ਵਿੱਚ ਕਿ ਜਿਹੜੇ ਸਿੱਖ ਬੀਜੇਪੀ ਚ ਜਾਣਗੇ ਉਹ ਫਿਰ ਆਹ ਮਤਾਂ ਦਿਆ ਕਰਨਗੇ ਆਪਾਂ ਨੂੰ ਕਿ 60-70 ਸਾਲ ਹੋ ਗਏ, ਕਾਂਗਰਸ ਨੇ ਤਾਂ ਕੁਛ ਆਪਾਂ ਨੂੰ ਦੇਣਾ ਨਹੀਂ, ਤੇ ਆਪਾਂ ਹੁਣ ਬੀਜੇਪੀ ਨਾਲ ਮਿਲ ਕੇ ਜਿਹੜੇ ਆਪਣੇ ਮਸਲੇ ਆ ਉਹ ਹੱਲ ਕਰਾ ਲਈਏ। ਮਸਲੇ ਜਿਹੜੇ ਨੇ, ਬੜਾ ਵੱਡਾ ਇੱਕ ਭੰਡਾਰਾ ਵਾ ਜਿਹਨੂੰ ਆਪਾਂ ਸਿੱਖ ਏਜੰਡਾ ਕਹਿੰਦੇ ਹਾਂ, ਪੰਥ ਅਤੇ ਪੰਜਾਬ ਦੇ ਮਸਲੇ। ਜਿਹੜਾ ਸਿੱਖ ਏਜੰਡਾ ਉਹ ਧਰਮ ਯੁੱਧ ਮੋਰਚੇ ਦੌਰਾਨ ਵੀ ਇੱਕ ਬੜਾ ਵੱਡਾ ਮੰਗਾਂ ਦਾ ਚਾਰਟਰ ਬਣਿਆ ਸੀ ਅਨੰਦਪੁਰ ਦੇ ਮਤੇ ਤੋਂ ਬਗੈਰ, ਤੇ ਹੋਰ ਵੀ ਅੱਡ ਅੱਡ ਮੌਕਿਆਂ ਦੇ ਉੱਤੇ ਉਹ ਚੀਜ਼ ਚੱਲਦੀ ਰਹੀ, ਪਰ ਜਦੋਂ ਪੰਥਕ ਏਜੰਡਾ ਤਿਆਗ ਦਿੱਤਾ, ਪੰਜਾਬੀ ਪਾਰਟੀ ਬਣ ਗਏ ਬਾਦਲ ਦਲ ਵਾਲੇ, ਉਦੋਂ ਬਾਅਦ ਫਿਰ ਪੰਥਕ ਏਜੰਡੇ ਦਾ ਭੋਗ ਹੀ ਪੈ ਗਿਆ। ਕਾਂਗਰਸ ਨੇ, ਕਾਮਰੇਡਾਂ ਨੇ ਜਾਂ ਕਿਸੇ ਹੋਰ ਸਿਆਸੀ ਜਮਾਤ ਨੇ ਤਾਂ ਪੰਥਕ ਏਜੰਡਾ ਲੈ ਕੇ ਅੱਗੇ ਤੁਰਨਾ ਨਹੀਂ ਸੀ, ਬਾਦਲ ਦਲ ਨੇ ਨਾਲੇ ਤਾਂ ਪੰਥਕ ਏਜੰਡਾ ਤਿਆਗ ਕੇ ਪੰਜਾਬੀ ਪਾਰਟੀ ਬਣ ਗਏ, ਨਾਲੇ ਇਹਨਾਂ ਨੇ ਸ਼੍ਰੋਮਣੀ ਕਮੇਟੀ ਜਿਹੜੀ ਆ ਉਹਤੇ ਜੱਫਾ ਮਾਰੀ ਰੱਖਿਆ। ਹੁਣ ਜੇ ਕਾਂਗਰਸ ਵਾਲੇ, ਭਾਜਪਾ ਵਾਲੇ ਜਾਂ ਹੋਰ ਸਿਆਸੀ ਦਲ ਜਿਹੜੇ ਆ ਉਹ ਇਸ ਗੱਲ ਵਿੱਚ ਨਹੀਂ ਆਉਂਦੇ ਕਿ ਠੀਕ ਆ ਜੀ ਇਹ ਜਿਹੜਾ ਇਹਨਾਂ ਦਾ ਸ਼੍ਰੋਮਣੀ ਕਮੇਟੀ ਦਾ ਧਰਮ ਦਾ ਮਸਲਾ ਇਹ ਵੱਖਰੀ ਗੱਲ ਆ, ਤਾਂ ਫਿਰ ਬਾਦਲ ਦਲ ਨੂੰ ਵੀ ਇਹ ਚਾਹੀਦਾ ਸੀ ਕਿ ਜਦੋਂ ਉਹਨਾਂ ਨੇ ਪੰਜਾਬੀ ਪਾਰਟੀ ਬਣਾ ਲਈ ਆ, ਕਾਮਰੇਡਾਂ ਵਰਗੀ ਪਾਰਟੀ ਬਣਾ ਲਈ ਆ ਜਿਹ 'ਚ ਸਿੱਖੀ ਦਾ ਜਾਂ ਸਿੱਖਾਂ ਦਾ ਕੁਛ ਨਹੀਂ ਹੈ, ਜਿੰਨੀ ਕੁ ਪੱਗਦਾੜੀ ਕਾਂਗਰਸੀ ਬੰਨੀ ਰੱਖੀ ਫਿਰਦੇ ਨੇ, ਜਿੰਨੇ ਕਮਰਧਾਰੀ ਕਾਂਗਰਸ ਵਿੱਚ ਨੇ, ਜਿਹੋ ਜਿਹੇ ਬਿਆਨ ਕਾਂਗਰਸ ਵਾਲੇ ਦਿੰਦੇ ਆ ਉਹੋ ਜਿਹੇ ਬਿਆਨ, ਉਹੋ ਜਿਹੀਆਂ ਗੱਲਾਂ ਬਾਤਾਂ ਬਾਦਲ ਦਲ ਵਾਲੇ ਕਰਦੇ ਆ। ਸੋ ਇਹ ਜਿਹੜਾ ਸਾਰਾ ਸਿਸਟਮ ਬਣਿਆ ਉਹਦੇ ਵਿੱਚ ਇਹਨਾਂ ਨੂੰ ਚਾਹੀਦਾ ਸੀਗਾ ਕਿ ਪੰਥ ਨੂੰ ਛੱਡ ਦਿੰਦੇ, ਸ਼੍ਰੋਮਣੀ ਕਮੇਟੀ ਨੂੰ, ਅਕਾਲ ਤਖ਼ਤ ਨੂੰ, ਇੰਡੀਪੈਂਡੈਂਟ, ਫਿਰ ਉਹ ਆਪਣੇ ਤੌਰ ਦੇ ਉੱਤੇ ਕੋਈ ਨਵੀਂ ਕਹਾਣੀ ਬਣਦੀ, ਕੋਈ ਨਵੀਂ ਸਿਆਸੀ ਧਿਰ ਪੈਦਾ ਹੁੰਦੀ। ਸਰਦਾਰ ਸਿਮਰਜੀਤ ਸਿੰਘ ਮਾਨ ਆ ਜਾਂ ਹੋਰ ਬਹੁਤ ਸਾਰੀਆਂ ਜਮਾਤਾਂ ਨੇ ਉਹ ਮੈਦਾਨ 'ਚ ਆਉਂਦੀਆਂ ਤੇ ਪੰਥਕ ਜਿਹੜਾ ਖੱਪਾ ਸੀ ਉਹ ਪੂਰਾ ਹੁੰਦਾ। ਜਿਹਨਾਂ ਲੋਕਾਂ ਦਾ ਦੇਸ਼ ਦੀ ਮੁੱਖ ਧਾਰਾ 'ਚ ਯਕੀਨ ਨਹੀਂ ਹੈ ਪਰ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਇਹੋ ਜਿਹੇ ਬੜੇ ਸੂਰਮੇ ਨੇ ਜਿਹੜੇ ਪਿਛਲੇ ਸਿੱਖ ਸੰਘਰਸ਼ ਵਿੱਚ ਬਹੁਤ ਉਹਨਾਂ ਨੇ ਸੇਵਾ ਕੀਤੀ ਆ, ਤੇ ਅੱਜ ਜੇਕਰ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਨ, ਜਿਵੇਂ ਜਥੇਦਾਰ ਕੁਲਵੀਰ ਸਿੰਘ ਬੜਾ ਪਿੰਡ ਮੈਂਬਰ ਬਣੇ ਸੀ ਸ਼੍ਰੋਮਣੀ ਕਮੇਟੀ, ਤੋ ਇਹ ਲੋਕ ਜਿਹੜੇ ਆ ਜ਼ਿਆਦਾ ਦ੍ਰਿੜਤਾ ਨਾਲ ਕੌਮ ਦਾ, ਪੰਥ ਦਾ ਜਿਹੜਾ ਸਰਮਾਇਆ ਉਹ ਸਹੀ ਤਰੀਕੇ ਨਾਲ ਵਰਤ ਸਕਦੇ ਆ। ਗੁਰੂ ਦੀ ਗੋਲਕ ਆ ਜਿਹੜੀ, ਜਿਹਦੀ ਲੁੱਟ ਖਸੁੱਟ ਕਰਕੇ ਬਾਦਲ ਦਲ ਆਪਦੀ ਸਿਆਸਤ ਚਲਾਉਂਦਾ ਰਿਹਾ, ਉਹ ਸਾਰੀ ਦੀ ਸਹੀ ਵਰਤੋਂ ਹੋ ਸਕਦੀ ਸੀ, ਪਰ ਬਾਦਲ ਦਲ ਨੇ ਜਿੱਥੇ ਆਪਦੇ ਆਪ ਨੂੰ ਪੰਥਕ ਪਾਰਟੀ ਐਲਾਨ ਲਿਆ, ਉੱਥੇ ਹੋਰ ਜਿੱਥੇ ਕਈ ਕਮਲ ਕੁੱਟੇ ਨਾਲ ਦੀ ਨਾਲ ਇਹ ਵੀ ਕਰ ਲਿਆ ਵੀ ਸ਼੍ਰੋਮਣੀ ਕਮੇਟੀ ਉੱਤੇ ਆਪਦਾ ਕਬਜ਼ਾ ਜਿਹੜਾ ਹੈ ਉਹ ਨਹੀਂ ਛੱਡਿਆ। ਨਤੀਜਾ ਇਹ ਨਿਕਲਿਆ ਕਿ ਜਿਹੜੀ ਗੁਰੂ ਦੀ ਗੋਲਕ ਆ ਉਹਦੀ ਲੁੱਟ ਜਿਹੜੀ ਆ ਉਹ ਇੱਕ ਇਹੋ ਜਿਹੀ ਜਮਾਤ ਲਈ ਕੀਤੀ ਜਾਣ ਲੱਗ ਪਈ ਜਿਹੜੀ ਪੰਥ ਦੇ ਤੇ ਪੰਜਾਬ ਦੇ ਉਲਟ ਭੁਗਤਦੀ ਹੈ। ਜਿਹੜੀ ਭਾਰਤੀ ਮੁੱਖ ਧਾਰਾ ਆ ਉਹਦੇ ਵਿੱਚ ਚੱਲਣ ਵਾਲੇ ਕਿਸੇ ਵੀ ਸਿਆਸੀ ਦਲ ਤੋਂ ਇਹ ਆਸ ਹੋ ਹੀ ਨਹੀਂ ਸਕਦੀ ਕਿ ਉਹ ਪੰਜਾਬ ਜਾਂ ਪੰਥ ਦੇ ਭਲੇ 'ਚ ਚੱਲ ਪਵੇ। ਪੰਜਾਬ ਅਤੇ ਪੰਥ ਦੇ ਭਲੇ 'ਚ ਦਿੱਲੀ ਤੋਂ, ਦਿੱਲੀ ਦੇ ਮੁੱਖ ਧਾਰਾ ਨਾਲ ਜਿਹੜੀਆਂ ਪਾਰਟੀਆਂ ਮਿਲ ਕੇ ਚੱਲਦੀਆਂ ਉਹ ਕਦੇ ਨਹੀਂ ਹੋ ਸਕਦੀ। ਸੋ ਬਾਦਲ ਦਲ ਵੀ ਉਵੇਂ ਹੀ ਆ ਜਿਵੇਂ ਕਾਂਗਰਸ ਆ, ਜਿਵੇਂ ਕਾਮਰੇਡ ਆ, ਜਿਵੇਂ ਹੋਰ ਹੋਰ ਕਹਾਣੀ ਸ਼ੁਰੂ ਕਰ ਲਈ। ਉਹ ਕੀ ਕਿ ਗੁਰੂ ਦੀ ਗੋਲਕ ਨੂੰ ਆਪਦੀ ਸਿਆਸਤ ਲਈ ਵਰਤਣਾ ਸ਼ੁਰੂ ਕਰ। ਬਹੁਤ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਜਾਂ ਰਿਟਾਇਰ ਹੋਏ ਅਧਿਕਾਰੀ ਆ ਉਹ ਵਿਚਾਰੇ ਪਿੱਟਦੇ ਆ ਕਿ ਕਿਵੇਂ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਟਰੱਸਟ ਜਾਂ ਹੋਰ ਗੱਲਾਂ ਸੀ ਉਹ ਸਾਰੀਆਂ ਕਿਸ ਤਰੀਕੇ ਨਾਲ ਬਾਦਲ ਪਰਿਵਾਰ ਨੇ ਆਪਦੀ ਸਿਆਸਤ ਲਈ ਵਰਤੀਆਂ। ਇਹ ਅਮਾਨਤ ਵਿੱਚ ਖਿਆਨਤ ਹੈ
आम बंदा डरदा जे 10 रुपए का भी कोई चक्कर पैंदा होवे तां बंदा कहिंदा मैं 10 रुपए इत्थे मत्था टेकां तां कि मेरी आपदी आत्मा ते बोझ ना रहे। पर बादल परिवार नूं जां बादल सैना नूं इहो जी कोई शर्म हया नहीं है। ते जेकर कोई उहनां नूं कहिंदा वी इहो जिहां गल्लां तां जिवें हुक्मनाम्यां दी उलंघना करन तों बाद उहनां नूं कोई गल नहीं पहुंची उल्टा पुट्ठा बोलदे है उवें ही उह कहिंदे आ कि जी बादल दल कहिड़ा सिख नहीं हैगा इह वी ऐ आ वो आ। खैर जिहड़ा बीजेपी वाला काम आ हुण ਉਹ ਜਦੋਂ ਨਾਲ ਰਲ ਗਿਆ ਜਦੋਂ ਬੀਜੇਪੀ ਦੇ ਆਰਐਸਐਸ ਦੇ ਏਜੰਡੇ ਤਹਿਤ ਚੱਲੇ ਤਾਂ ਪਿਛਲੇ ਦੌਰ ਵਿੱਚ ਗੁਰਦੁਆਰਾ ਸਾਹਿਬਾਨ ਨੂੰ ਜਿਸ ਤਰੀਕੇ ਨਾਲ ਆਰਐਸਐਸ ਦੇ ਭਗਵੇਂ ਏਜੰਡੇ ਲਈ ਵਰਤਿਆ ਗਿਆ ਇੱਥੋਂ ਤੱਕ ਕਿ ਲੋਕ ਇਹ ਵੀ ਇਤਰਾਜ਼ ਕਰਦੇ ਰਹੇ ਕਿ ਜਿਹੜਾ ਸਾਡੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਾ ਸਾਹਿਬਾਨ ਦੇ ਵਿੱਚ ਨਿਸ਼ਾਨ ਸਾਹਿਬ ਝੁੱਲਦੇ ਹੈ ਝੰਡੇ ਉਹਨਾਂ ਦਾ ਰੰਗ ਜਿਹੜਾ ਹੈ ਉਹ ਬਸੰਤੀ ਜਾਂ ਸਰਮਈ ਲਿਖਿਆ ਹੋਇਆ ਵੀ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੋਇਆ ਕਿ ਬਸੰਤੀ ਜਾਂ ਸਰਮਈ ਰੰਗ। ਪਰ ਬਸੰਤੀ ਜਾਂ ਸਰਮਈ ਦੀ ਥਾਂ ਬਾਦਲ ਦਲ ਨੇ ਆਰਐਸਐਸ ਦੇ ਮਗਰ ਲੱਗ ਕੇ ਸਾਰੇ ਨਿਸ਼ਾਨ ਸਾਹਿਬਾਨ ਦਾ ਝੰਡਿਆਂ ਦਾ ਰੰਗ ਆਰਐਸਐਸ ਦੇ ਹਿਸਾਬ ਨਾਲ ਭਗਵਾ ਜਿਹਾ ਜਾਣੀ ਕਿ ਕੇਸਰੀ ਕਰ ਦਿੱਤਾ। ਹੁਣ ਇਹ ਇੱਕ ਬੜੀ ਸਮੱਸਿਆ ਆ ਕਿ ਪਿਛਲੇ ਦੌਰ ਵਿੱਚ ਬੜੇ ਲੋਕ ਇਹ ਕਹਿੰਦੇ ਰਹੇ ਕਿ ਜਿੱਥੇ ਲਹੂ ਸਿੰਘਾਂ ਦਾ ਡੁੱਲੂ ਉੱਥੇ ਨਿਸ਼ਾਨ ਕੇਸਰੀ ਝੁੱਲੂ। ਧਰਮਯੁੱਧ ਮੋਰਚੇ ਦੌਰਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਅਕਸਰ ਤਕਰੀਰਾਂ ਕਰਦੇ ਰਹੇ ਆ ਕਿ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜਾਓ ਖਾਲਸਾ ਜੀ। ਇਹ ਸਾਰੀਆਂ ਗੱਲਾਂ ਬਾਤਾਂ ਤੋਂ ਭਰਮ ਪੈ ਗਿਆ ਕਿ ਸ਼ਾਇਦ ਖਾਲਸਾ ਪੰਥ ਦੇ ਝੰਡੇ ਦਾ ਰੰਗ ਕੇਸਰੀ ਹੈ ਪਰ ਸਿੱਖ ਰਹਿਤ ਮਰਿਆਦਾ ਵਿੱਚ ਬਸੰਤੀ ਰੰਗ ਦਰਜਾ ਜਾਂ ਹੈਗਾ ਜਿਹੜਾ ਉਹ ਨੀਲਾ ਜਾਂ ਕਾਲਾ ਜਿਹਾ ਹੁੰਦਾ ਸਰਮਈ ਰੰਗ। ਬਸੰਤੀ ਜਿਹੜਾ ਉਹ ਸ਼ਹਾਦਤ ਨਾਲ ਜੁੜਦਾ ਜਿਵੇਂ ਆਪਾਂ ਇੱਕ ਉਹ ਫਿਲਮ ਆਈ ਸੀ ਜਿਹਦੇ ਚ ਸ਼ਹੀਦ ਭਗਤ ਸਿੰਘ ਬਾਰੇ ਜਿਹ ਚ ਗੀਤ ਗਾਇਆ ਸੀ ਮੇਰਾ ਰੰਗ ਦੇ ਬਸੰਤੀ ਚੋਲਾ ਬਸੰਤੀ ਚੋਲਾ। ਬਸੰਤ ਜਿਹੜੀ ਆ ਬਸੰਤ ਦੇ ਵਿੱਚ ਜਦੋਂ ਗੇਂਦੇ ਦੇ ਫੁੱਲ ਖਿੜਦੇ ਆ ਉਹ ਜਿਹਾ ਰੰਗ ਜਿਹੜਾ ਹੈ ਉਹ ਖਾਲਸੇ ਦੇ ਲਈ ਸਾਡੇ ਧਰਮ ਦੇ ਲੋਕਾਂ ਨੇ ਮਿਥਿਆ ਹੋਇਆ। ਹਰੇਕ ਆਪਣੇ ਜਦੋਂ ਸਪੋਰਟਸਮੈਨ ਖੇਡਦੇ ਆ ਜਾਂ ਟੀਮਾਂ ਹੁੰਦੀਆਂ ਨੇ ਉਹਨਾਂ ਦੇ ਕੁਝ ਨਾ ਕੁਛ ਵੱਖਰੇ ਨਿਸ਼ਾਨ ਜਿਹੜੇ ਆ ਉਹ ਬਣਾਏ ਜਾਂਦੇ ਆ। ਏਦਾਂ ਹੀ ਹਰ ਮੁਲਕ ਦਾ ਹਰ ਕੌਮ ਦਾ ਝੰਡਾ ਹੁੰਦਾ ਹਰ ਧਰਮ ਦਾ ਝੰਡਾ ਹੁੰਦਾ। ਸੋ ਖਾਲਸੇ ਨੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਤਾਂ ਇਹ ਹੋਇਆ ਕਿ ਸਾਡੇ ਨਿਸ਼ਾਨ ਸਾਹਿਬ ਦਾ ਰੰਗ ਜਿਹੜਾ ਹੈ ਉਹ ਬਸੰਤੀ ਜਾਂ ਕੇਸਰੀ ਬਸੰਤੀ ਜਾਂ ਸੁਰਮਈ ਹੋਏਗਾ। ਪਰ ਕਹਿੰਦੇ ਇੱਕ ਹੁੰਦੇ ਆਪਾਂ ਸਾਰੇ ਤਕਰੀਬਨ ਇਹੀ ਆ ਕਿ ਕੇਸਰੀ ਹੋਏਗਾ ਜਾਂ ਤਾਂ ਆਪਾਂ ਮੈਥੀ ਲਓ ਲੈਖੀ ਲਓ ਉੱਥੇ ਕੇਸਰੀ। ਪਰ ਲਿਖਿਆ ਬਸੰਤੀ ਹੋਇਆ ਤੇ ਲਾਉਂਦੇ ਆਪਾਂ ਜਿਹੜਾ ਕੇਸਰੀ ਆ। ਸੋ ਇਹ ਇਲਜ਼ਾਮ ਜਿਹੜਾ ਹੈ ਪੰਥ ਦਰਦੀਆਂ ਵੱਲੋਂ ਲਾਇਆ ਜਾ ਰਿਹਾ ਕਿ ਆਰਐਸਐਸ ਦੇ ਕਹਿਣ ਦੇ ਉੱਤੇ ਕਿਉਂਕਿ ਉਹ ਲਿਖੀ ਫਿਰਦੇ ਆ ਤੇ ਅੰਮ੍ਰਿਤਸਰ ਦੀਆਂ ਕੰਧਾਂ ਤੇ ਵੀ ਲਿਖਿਆ ਉਹਨਾਂ ਦਾ ਹਿੰਦੂ ਕੱਟੜਪੰਥੀਆਂ ਦਾ ਕਿ ਕੇਸਰੀਆ ਲਹਿਰਾਏਗੇ ਹਿੰਦੂ ਤਾਂ ਫੈਲਾਏਗੇ। ਸੋ ਜਿਹੜਾ ਭਗਵਾ ਝੰਡਾ ਆਰਐਸਐਸ ਵਾਲਿਆਂ ਦਾ ਹੈ ਉਹ ਬਾਦਲ ਦਲ ਕਰਕੇ ਸਾਡੇ ਗੁਰਦੁਆਰਾ ਸਾਹਿਬਾਨ ਤੇ ਝੂਲ ਗਿਆ। ਹੁਣ ਝੰਡਾ ਉਹਨਾਂ ਦਾ ਝੂਲਦਾ ਸਾਡੇ ਧਰਮ ਸਥਾਨਾਂ ਤੇ ਆ ਤੇ ਬਾਦਲ ਦਲ ਦੇ ਕਿਸੇ ਬੰਦੇ ਨੂੰ ਕਹਿ ਕੇ ਦਿਖਾ ਲਓ ਅਗਲੇ ਇੱਕ ਦੀਆਂ ਚਾਰ ਸੁਣਾਉਂਦੇ। ਹੁਣ ਇਸੇ ਤਰੀਕੇ ਦੀਆਂ ਹੋਰ ਬੜੀਆਂ ਗੜਬੜਾਂ ਜਿਹੜੀਆਂ ਨੇ ਹੋਈਆਂ ਨੇ ਖਾਸ ਤੌਰ ਦੇ ਉੱਤੇ ਬਹੁਤ ਸਾਰੀਆਂ ਕਿਤਾਬਾਂ ਬਹੁਤ ਸਾਰੀਆਂ ਇਹੋ ਜਿਹੀਆਂ ਹੋਰ ਗੱਲਾਂ ਸਾਹਮਣੇ ਆਈਆਂ ਜਿਹੜੀਆਂ ਪਿਛਲੇ 35-40 ਸਾਲਾਂ ਦੇ ਵਿੱਚ ਵਾਰ ਵਾਰ ਅੱਡ ਅੱਡ ਮੌਕਿਆਂ ਤੇ ਪੰਥ ਦਰਦੀਆਂ ਨੇ ਉਭਾਰੀਆਂ ਕਿ ਇਹ ਆਰਐਸਐਸ ਦੀ ਦਖਲ ਅੰਦਾਜ਼ੀ ਕਰਕੇ ਹੈ। ਆਪਾਂ ਨੂੰ ਸਭ ਨੂੰ ਪਤਾ ਹੈ ਕਿ ਇੱਕ ਗੁਰਮਤਿ ਪ੍ਰਕਾਸ਼ਨ ਆਉਂਦਾ ਮੈਗਜ਼ੀਨ ਆ ਸ਼੍ਰੋਮਣੀ ਕਮੇਟੀ ਦਾ ਉਹਦੇ ਕਦੇ ਇਹੋ ਜਿਹੇ ਚਰਚੇ ਨੀ ਹੋਏ ਕਿ ਉਹਦੇ ਵਿੱਚ ਕੋਈ ਕਮਾਲ ਦੀ ਗੱਲ ਇਹੋ ਜਿਹੀ ਛਪ ਗਈ ਆ ਜਿਹਦੇ ਨਾਲ ਸਿੱਖਾਂ ਦਾ ਤੇ ਸਿੱਖੀ ਦੇ ਸਿਧਾਂਤਾਂ ਦਾ ਇਹੋ ਜਿਹਾ ਜਿਹੜਾ ਕਹੋਗੇ ਵੱਖਰੇ ਸਿਧਾਂਤ ਨੇ ਜਿੱਥੋਂ ਸਾਨੂੰ ਹਿੰਦੀ ਤੋਂ ਹਿੰਦੂ ਤੋਂ ਤੇ ਹਿੰਦੁਸਤਾਨ ਤੋਂ ਵੱਖਰਾ ਹੋਣ ਦਾ ਆਭਾਸ ਮਿਲੇ ਇਹੋ ਜਿਹੀ ਕਦੇ ਕੋਈ ਗੱਲ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਧਰਮ ਦੀ ਸੰਸਥਾ ਆ। ਜੇ ਅੱਜ ਇਹ ਸੰਸਥਾ ਪੂਰੀ ਤਰ੍ਹਾਂ ਸਾਨੂੰ
निराश अते मजूस कर रही है उहदे दो सीधे सीधे जे कारण ने जे समीकरण दे रूप च देखिए। पहला तां है कि बादल दल ने इस संस्था उत्ते कब्जा किया होया। दूजा हैगा कि बादल दल ने इस संस्था राही सिखी का घाण करन कराउण दा आरएसएस नूं खुला सद्दा देई रखे। हो सकदा हुण जदों बिगड़ी आ माड़ा मोटा फर्क पिया होवे, पर हकीकत यह आ कि जिन्हां लोकां नूं पुठियां आदतां पा दित्तियां गईआं ने, जिहड़े सिक्खी दे प्रचारक गुरमत दी व्याख्या ब्राह्मणवादी नजरिए तों करन कराउण लग पए होणगे, उन्हां ने कितें हटणा इह कोई सोच थोड़ी आ वी दबती ते बल बंद हो गया। बड़े इहो जिहे प्रचारक ने जिहड़े जेकर किसी व्याख्या करते हो जां स्टेज तों बोलते हो, रामचंद्र कृष्ण हिंदू देवी देवत्या जां होर गल्लां दा जदों भी कितें जिक्र आवे फिर उह पूरी रामायण जां महाभारत सुणा के हटदे। साडी कौम दे विच बहुते लोकां नूं इन्हां प्रचारकां ने इह तां नहीं दस सके कि भाई बिधी चंद दा पिंड किहड़ा सी, भाई कन्हैया जी जिहड़े आ उह कित्थों दे सी, जां भाई हरी सिंह नलूआ उह कित्थे शहीद होए, जां भाई मरदाने दे अंतम जिहड़ा स्थान आ उह किहड़ा आ, कित्थे उहनां दे आखरी सवास कित्थे उह पूरे होए, जां होर जिहड़ियां साडे सिख इतिहास दीआं गल्लां ने। हालात तां इह ने कि इत्थे कई सुल्तानपुर लोधी नूं पाकिस्तान विच समझी जांदे आ। सो साडी कौम नूं साडे ही धर्म दे बारे, साडे ही पंथ दीआं सिख रहित मर्यादा दे बारे नहीं पता, पर सानू सारी रामायण ते महाभारत चेते आ। किहने चेते कराई, असीं मंदर च तां कदे गए नहीं। कहिंदे कौ दे सिख परिवारां दे विच हिंदू देवी देवत्यां दे बारे रामायण ते महाभारत बारे पूरा ज्ञान है, पर आपदे धर्म दे बारे उहनां नूं ज्ञान नहीं है। ते उह ज्ञान जिहड़ा उहनां नूं चाहीदा है उह नहीं दित्ता गया, ते जिहड़ा नहीं चाहीदा जां जिहदी घट लोड़ है उह पूरे दा पूरा उहनां दे दिमाग च ठोक दित्ता गया है। क्यों? क्योंकि आरएसएस ने बड़े सलीके नाल इह लोकां नूं लगण दा दित्ता कि सिक्खी अते हिंदू मजहब इको ही है, जदों के दोने अड अड चीजा ने, बिलकुल बहुत सारे मसलों के उत्ते उल्ट ने। सगा कई गल्लां के उत्ते जेकर हिंदू इलम नाल साडी नेड़ता आ तां बहुत सारिया गल्लां के उत्ते इस्लाम नाल भी नेड़ता है। तो इहदे नाल कोई गल नहीं बणदी कि जी कई गल्लां की सांझ आ, विरोध सगा ते ज्यादा गल्लां ते है। असीं बुत प्रस्त नहीं है, पर अज दी तरीक विच ब्राह्मणवाद के पेटे पैण तो बाद साडे कहिंदे कहो दे बादल दल दे लीडरां दे गल दे विच माता वालियां चुन्नियां तिलक लाए हुंदे आ, तन्नियां बजाउंदे आ। पिछले दौर विच कदे कोई सिख अकाली लीडरां दी तां गल ही बड़ी दूर, आम सिख भी इस तरह की हरकत नहीं सी करदा कराउंदा। इह नहीं कि भाईचारक सांझ नहीं सी, लोक जदों हिंदू भाईचारे दे पिंडां च कोई प्रोग्राम कराउंदे आ जां कस्बिआं च छोटिआं च रामलीला करदे आ जां कोई होर हिंदू दिन तिहार मनाउंदे आ, कदे सिख नफरत नाल जां विरोध नाल नहीं पेश होए। कदे नहीं सिखां ने सगा ते सोचिआ कि ठीक आ, उल्टा कई वारी नौजवानां ने ट्राली ला के जां होर चीज़ां जिहड़ियां उहनां नूं लोड़ हुंदीआं सी उत्थे नाल सहायता भी करा देणी। पर उहनां सिखां नूं इस मौके इह जरूर पता हुंदा सी कि इहनां दे धर्म दे कुछ सिधांत ने हिंदू धर्म दे जिन्हां दा साडे धर्म नाल टकराअ आ, तो असीं बचा रखना, असीं उत्थे तकर गल नहीं जाणी। तो असीं मूर्ति नूं मत्था नहीं टेकणा, असीं तिलक नहीं लवाउणा, असीं जिहड़ा उत्थे कोई इहो जी गल जिहदे नाल साडा पूजा अकाल की परचा शब्द का दीदार खालसे का इह चीज़ां तों इह सिधांतां तों असीं दूर नहीं जाणा। पर अज दे समें दे विच कहिंदे सिख है ही उह वधिया, बादल दल वाले कहिंदे आ जिहड़ा आर एस एस दे एजेंडे ते पहरा देवे, जिहड़ा मंदरां च टल्लियां खड़कावे ते हिंदू धर्म दे हिसाब नाल जीवन जीवे। हुण इक तां श्रोमणी अकाली दल साडी उह जमात आ जिहड़ी गुरद्वारा सुधार लहर दे विचों प्रगट होई है, ते अकाली जिहड़े सी उह अकाली विचारधारा दे उत्ते पहरा दिंदिआं होइआं सिक्खी दी चढ़दी कला वाला
ਜਿਹੜਾ ਮਾਹੌਲ ਸਿਰਜਦੇ ਸੀ, ਬੜੀ ਕਦਰ ਹੁੰਦੀ ਸੀ, ਬੜੀ ਇੱਜ਼ਤ ਹੁੰਦੀ ਸੀ ਨੀਲੀ ਦਸਤਾਰ ਦੀ। ਗਿਆਨੀ ਲਾਲ ਸਿੰਘ ਦੀ ਕਿਤਾਬ ਆ ਇੱਕ ਨੀਲੀ ਦਸਤਾਰ ਦੀ ਦਾਸਤਾਨ, ਬੜੇ ਚਾਅ ਨਾਲ ਪੜ੍ਹੀ ਦੀ ਆ। ਮਾਸਟਰ ਤਾਰਾ ਸਿੰਘ ਤੇ ਹੋਰ ਅਕਾਲੀ ਲੀਡਰਾਂ ਨੇ ਬੇਸ਼ੱਕ ਉਹਨਾਂ ਤੋਂ ਕਈ ਗੜਬੜਾਂ ਵੀ ਹੋਈਆਂ, ਪਰ ਉਹਨਾਂ ਨੇ ਪੰਥ ਨਾਲ, ਕੌਮ ਨਾਲ, ਧੋ ਨਾਲ, ਕੌਮ ਨਾਲ ਜੋ ਕੁਝ ਕੀਤਾ ਉਹ ਲੋਕਾਂ ਲਈ ਸਦਾ ਹੀ। ਜਦੋਂ ਆਪਾਂ ਅਕਾਲੀ ਮੋਰਚੇ ਅਤੇ ਝੱਬਰ, ਸ਼੍ਰੋਮਣੀ ਕਮੇਟੀ ਦੀ ਕਿਤਾਬ ਆ ਜਿਹੜੀ ਕਰਤਾਰ ਸਿੰਘ ਝੱਬਰ ਦੇ ਬਾਰੇ ਦੱਸਦੀ ਹੈ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਦੇ ਕਰਕੇ ਅਕਾਲੀ ਧਾਰਾ ਦਾ, ਅਕਾਲੀ ਦਲ ਦਾ ਬੜਾ ਸਤਿਕਾਰ ਰਿਹਾ। ਪਰ ਆ ਜਦੋਂ ਪੰਜਾਬੀ ਪਾਰਟੀ ਬਣੇ, ਜਦੋਂ ਆਰਐਸਐਸ ਨਾਲ ਸਾਂਝ ਪਾਈ, ਜਿਹਦੇ ਨਤੀਜੇ ਵਜੋਂ ਅੱਜ ਚਾਹੇ ਉਹ ਸੋਈ ਵਾਲੇ ਨੇ ਤੇ ਚਾਹੇ ਉਹ ਜਿਹੜੀ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਦਾ ਬਰਾੜ ਗਿਆ ਉੱਧਰ, ਪਰਮਿੰਦਰ ਸਿੰਘ ਬਰਾੜ, ਤੇ ਦੂਜੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰਿਹਾ ਅਗਲਾ ਸਰਸਾ, ਮਨਿੰਦਰ ਸਿੰਘ ਸਰਸਾ। ਹੁਣ ਉਹਨੂੰ ਉਹ ਸਾਰਾ ਕੁਛ ਕਰਦੇ ਆ, ਜੇਕਰ ਕੋਈ ਅੜਕਤ ਨਹੀਂ ਆਉਂਦੀ, ਉਹਦੇ ਮਨ ਵਿੱਚ ਕੋਈ ਵਿਰੋਧ ਵਿਚਾਰ ਨਹੀਂ ਆਉਂਦਾ, ਉਹ ਬਾਦਲ ਦਲ ਕਰਕੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਪਰਮਾਤਮਾ ਉਹਨਾਂ ਲੰਮੀਆਂ ਉਮਰਾਂ ਕਰੇ, ਉਹਨਾਂ ਦੇ ਪੁੱਤ ਪੋਤੇ ਕਦੇ ਜ਼ਿੰਦਗੀ 'ਚ ਉਹਨਾਂ ਨੂੰ ਪੁੱਛਣ ਇਹ ਬਜ਼ੁਰਗੋ ਸਿੱਖੀ ਨੇ ਤੁਹਾਡਾ ਵਿਗਾੜਿਆ ਕੀ ਸੀ ਜਿਹੜਾ ਤੁਸੀਂ ਇੰਨਾ ਧਰੋਹ ਕਮਾਇਆ। MLA MP ਬਣ ਜਾਣਾ, ਸੱਤਾ ਮਾਣ ਲੈਣੀ, ਮੁੱਖ ਮੰਤਰੀ ਦੀ ਕੁਰਸੀ ਜਾਂ ਕੋਈ ਹੋਰ ਉਹਦਾ ਮਾਣ ਦੇਣਾ, ਇਹ ਕਿੱਡੀ ਕੁ ਗੱਲ ਆ? ਤੁਸੀਂ ਤਾਂ ਸਿੱਖੀ ਦੀਆਂ ਜੜ੍ਹਾਂ ਪੱਟਣ ਵਾਲੇ ਕੰਮ ਕੀਤੇ। ਸੋ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਸਿੱਖ ਜਗਤ ਨੂੰ ਉਸ ਹਿੰਦੂ ਖਾਰੇ ਸਮੁੰਦਰ ਵਿੱਚ ਸੁੱਟਣ ਦਾ ਪੂਰਾ ਪੂਰਾ ਪਲੈਨ, ਪੂਰੀ ਪੂਰੀ ਕੋਸ਼ਿਸ਼ ਸ਼ੁਰੂ ਕੀਤੀ ਹੋਈ ਆ, ਜਿਹਦੇ ਵਿੱਚ ਅੱਜ ਆ ਜਿਹੜੇ ਮਨਜਿੰਦਰ ਸਿੰਘ ਸਰਸੇ ਹੋਣੀ ਆ ਤੇ ਪਰਮਿੰਦਰ ਸਿੰਘ ਬਰਾੜ ਹੋਣੀ ਆ, ਉਹ ਤਾਂ ਤਾਰੀ ਲਾਇਆ ਏ, ਇਦੋਂ ਪਹਿਲਾਂ ਵੀ ਹੋਰ ਬੜਿਆਂ ਨੇ ਲਾਈ ਆ BJP 'ਚ ਸ਼ਾਮਿਲ ਹੋ ਕੇ। ਤੇ ਆ ਜਿਹੜੇ ਅੱਜ ਚਰਚਾ ਸਾਰੇ ਪੰਥ 'ਚ ਇਹੀ ਚੱਲ ਰਹੀ ਆ, ਜਦੋਂ ਤੋਂ ਇਹ 4-5 ਵਜੇ ਤੋਂ ਖਬਰ ਆਈ ਆ ਵੀ ਸਰਸਾ ਤੇ ਬਰਾੜ ਗਏ ਆ, ਬਈ BJP ਦੇ ਵਿੱਚ ਇਹ ਇੱਕ ਇੱਕ ਦੋ ਦੋ ਕਰਕੇ ਜਾਂਦੇ ਆ, ਇਹਨਾਂ ਨੂੰ ਸਿੱਧਾ ਹੀ ਚਾਹੀਦਾ ਕਿ ਸਾਰਾ ਬਾਦਲ ਦਲ ਇੱਕੋ ਝਟਕੇ ਦੇ ਵਿੱਚ ਹੀ ਭਾਜਪਾ ਦੇ ਵਿੱਚ, ਪੰਜਾਬ ਭਾਜਪਾ ਬਣਾ ਦੇਣ ਉਹਨੂੰ। ਕਿਉਂਕਿ ਜਿਹੜਾ ਮਾੜਾ ਮੋਟਾ ਤੜਿੰਗ ਪੜਿੰਗ ਸੀ ਕੰਮ, ਉਹ ਤਾਂ ਕਿਸਾਨ ਸੰਘਰਸ਼ ਕਰਕੇ ਸੀ ਨਾ। ਕਿਸਾਨ ਮੋਰਚਾ ਜਿਹੜਾ ਹੈ, ਉਦੋਂ ਪਹਿਲਾਂ ਤਾਂ ਬੜੀਆਂ ਤਕਰੀਰਾਂ ਕੀਤੀਆਂ, ਬੜੀਆਂ ਵੀਡੀਓਜ਼, ਬੜੇ ਬਿਆਨ ਦਿੱਤੇ ਆ ਬਾਦਲ ਪਰਿਵਾਰ ਨੇ ਕਿ ਜੀ ਕਾਲੇ ਕਾਨੂੰਨ ਬੜੇ ਵਧੀਆ ਨੇ। ਆਖਰ ਅੱਜ ਤਾਂ ਇਹ ਕਹਿਣ ਜੋਗੇ ਨੇ ਉਹਨਾਂ ਨੂੰ, ਮੋਦੀ ਹੋਣਾਂ ਨੂੰ, ਕਿ ਤੁਸੀਂ ਕਿਹੜਾ ਫਿਰ ਖੜੇ ਰਹੇ, ਤੁਸੀਂ ਵੀ ਤਾਂ ਰਾਜੀ ਕੀਤੇ ਆ। ਸੋ ਬਾਦਲ ਦਲ ਨੂੰ ਚਾਹੀਦਾ ਕਿ ਆਪਦੀ ਦੁਕਾਨ ਬੰਦ ਕਰਕੇ ਸ਼ਟਰ ਜਿਹੜਾ ਹੈਗਾ ਚੰਗੀ ਤਰ੍ਹਾਂ ਉਹਨੂੰ ਜਿੱਦਾਂ ਲਾ ਕੇ ਬਿਲਡਿੰਗ ਕਰ ਦਿਓ, ਮੁੜ ਕੇ ਖੋਲੇ ਨਾ ਕੋਈ। ਇਹਨਾਂ ਨੂੰ BJP ਜੁਆਇਨ ਕਰ ਲੈਣੀ ਚਾਹੀਦੀ ਤੇ ਪੰਜਾਬ ਦੀ ਜਿਹੜੀ BJP ਆ ਉਹਦੇ ਵਿੱਚ ਚੌਧਰੀ ਬਣ ਸਕਦੇ ਆ, ਉਹਨਾਂ ਨੂੰ ਵੀ ਲੋੜ ਆ ਤੇ ਇਹਨਾਂ ਦਾ ਵੀ ਸਰਜੂ। ਤੇ ਦੋਨੇ ਪਾਰਟੀਆਂ, ਦੋਨੇ ਧਿਰਾਂ ਜਿਹੜੀਆਂ ਨੇ ਇੱਕਜੁੱਟ ਹੋ ਕੇ, ਇੱਕਮੁੱਠ ਹੋ ਕੇ ਜਦੋਂ ਕੰਮ ਕਰਨਗੀਆਂ ਤਾਂ ਜਿਹੜੇ ਸਾਡੇ ਪੰਥ ਦਰਦੀ ਆ, ਕੌਮ ਦੇ ਚੜ੍ਹਦੀ ਕਲਾ ਲੋਚਣ ਵਾਲੇ ਆ, ਉਹ ਸੰਗਤਾਂ ਦੇ ਸਾਹਮਣੇ ਸਿੱਧੀ ਗੱਲ ਕਰਨ ਜੋਗੇ ਹੋਵਾਂਗੇ ਕਿ ਭਾਈ ਹੁਣ ਤਾਂ ਬਾਦਲ ਦਲ ਭਾਜਪਾ 'ਚ ਚਲੇ ਗਿਆ ਤੇ ਆਓ ਆਪਾਂ ਉਹ ਸਿੱਖ ਸੰਗਤਾਂ ਦੇ ਵਿੱਚੋਂ ਬੰਦੇ ਲੱਭੀਏ ਜਿਹੜੇ ਪੰਥ ਦਾ ਦਰਦ ਰੱਖਦੇ ਆ, ਕੌਮ ਦੀ ਚੜ੍ਹਦੀ ਕਲਾ ਲੋਚਦੇ ਆ, ਤੇ ਆਓ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਸੰਸਥਾ ਉਹਨੂੰ ਇੰਨਾ ਕੁ ਮਜ਼ਬੂਤ ਕਰ ਦਈਏ, ਇੰਨਾ ਕੁ ਸਿੱਖ ਰਹਿਤ ਮਰਿਆਦਾ ਦਾ ਪ੍ਰਚਾਰ ਕਰ ਦਈਏ ਕਿ ਸਿੱਖੀ ਜਿਹੜੀ ਆ ਉਹਦਾ ਕੁਛ ਬਣ ਜਾਵੇ। ਨਹੀਂ ਤਾਂ ਜਿਸ ਹਿਸਾਬ ਦੇ ਨਾਲ ਖੋਰਾ ਲਾਉਣਾ ਸ਼ੁਰੂ ਕੀਤਾ ਹੋਇਆ, ਜਿਸ ਹਿਸਾਬ ਦੇ ਨਾਲ ਚਾਰੇ ਪਾਸਿਓਂ ਘੇਰਾਬੰਦੀ ਕਰਕੇ ਸਿੱਖਾਂ ਕੋਲੋਂ ਸਿੱਖੀ ਛਡਵਾਉਣ ਦੇ ਯਤਨ ਸ਼ੁਰੂ ਕੀਤੇ ਗਏ ਨੇ, ਇਹ ਕੰਮ, ਇਹ ਲੜਾਈ ਬੜੀ ਔਖੀ ਹੈ। ਸਾਡੇ ਬਹੁਤ ਸਾਰੇ ਭਰਾ ਭੈਣਾਂ ਬਾਹਰਲੇ ਮੁਲਕਾਂ 'ਚ ਚਲੇ ਗਏ ਆ, ਉੱਥੇ ਬੈਠ ਕੇ ਉਹ ਸਮਝਦੇ ਆ ਕਿ ਚਲੋ ਜੀ ਇੱਥੇ ਅਸੀਂ ਸੋਹਣੀ ਕਮਾਈ ਕਰਦੇ ਹਾਂ, ਸੋਹਣਾ ਸਿਸਟਮ ਆ ਉਹਨਾਂ ਮੁਲਕਾਂ ਦਾ ਤੇ ਸੋਹਣੇ ਤਰੀਕੇ ਨਾਲ ਰਹਿੰਦੇ ਆ, ਚੰਗੀ ਗੱਲ। ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਪੰਜਾਬ ਦੀ ਧਰਤੀ ਉੱਤੇ ਰਹਿ ਕੇ ਸਿੱਖੀ ਅਤੇ ਸਿੱਖਾਂ ਦੇ ਇਹਨਾਂ ਦੁਸ਼ਮਣਾਂ ਦੇ ਵਿਚਾਲੇ, ਇਹਨਾਂ ਦੇ
ਗਲਤ ਕਾਰਿਆਂ ਨੂੰ ਸਿੱਧੇ ਤੌਰ ਤੇ ਚੈਲੰਜ ਕਰਦੇ ਹੋਇਆਂ ਜਿਹੜਾ ਜਿਉਣਾ ਹੈ ਨਾ ਇੱਥੇ, ਇਹ 18ਵੀਂ ਸਦੀ ਨਾਲੋਂ ਵੀ ਖਤਰਨਾਕ ਲੜਾਈ ਲੜਨੀ ਪੈ ਰਹੀ। ਉਦੋਂ ਸਿੱਧੀ ਸਿੱਧੀ ਗੱਲ ਹੁੰਦੀ ਸੀ, ਅੱਜ ਤਾਂ ਪਤਾ ਹੀ ਨਹੀਂ ਹੁੰਦਾ। ਕੱਲ ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਸੀ ਉਦੋਂ ਬਹੁਤਿਆਂ ਨੂੰ ਚਿੱਤ ਚੇਤਾ ਹੀ ਨਹੀਂ ਹੋਣਾ ਕਿ ਜਿਹੜਾ ਪਰਮਿੰਦਰ ਸਿੰਘ ਬਰਾੜ ਹੈ ਜਾਂ ਮਨਜਿੰਦਰ ਸਿੰਘ ਸਰਸਾ ਉਹ ਬੀਜੇਪੀ 'ਚ ਛਾਲ ਮਾਰ ਸਕਦੇ ਆ। ਤੇ ਜਿਸ ਹਿਸਾਬ ਦੇ ਨਾਲ ਹਾਲਾਤ ਨੇ, ਇਸ ਹਿਸਾਬ ਨਾਲ ਲੱਗਦਾ ਕਿ ਬਾਦਲ ਦਲ ਦੇ ਹੋਰ ਵੀ ਲੀਡਰ ਜਿਹੜੇ ਨੇ ਉਹ ਭਾਜਪਾ 'ਚ ਛਾਲਾਂ ਮਾਰ ਸਕਦੇ ਆ। ਇਸੇ ਕਰਕੇ ਰਹਿ ਦਿੰਦੇ ਆ ਵੀ ਭਾਈ ਨਾਲੇ ਕਹਿਣ ਜੋਗੇ ਹੋ ਜਾਓਗੇ, ਸਾਡੀ ਦਿੱਲੀ ਤੱਕ ਫਿਰ ਚੱਲਦੀ ਆ, ਤੁਹਾਨੂੰ ਤਾਂ ਪਤਾ ਹੀ ਨਹੀਂ ਕਿਸੇ ਗੱਲ ਦਾ, ਤੁਸੀਂ ਦਿੱਲੀ ਤੱਕ ਚਲਾਓ ਆਪਦੀ, ਆਪਦਾ ਸ਼ਟਰ ਕਰੋ ਬੰਦ, ਤੇ ਪੰਜਾਬ ਦੀ ਸਾਰੇ ਬਾਦਲ ਦਲ ਨੂੰ ਭਾਜਪਾ 'ਚ ਸ਼ਾਮਲ ਹੋ ਜਾਣਾ ਚਾਹੀਦਾ। ਇੱਕ ਇੱਕ ਦੋ ਦੋ ਕਰਕੇ ਜਾਓਗੇ, ਸ਼ਾਇਦ ਕੋਈ ਮੁੱਲ ਨਾ ਪਵੇ ਤੇ ਇੱਥੇ ਸ਼ਾਇਦ ਕੋਈ ਮੁੱਲ ਪੈ ਜਾਵੇ, ਕਿਉਂਕਿ ਜਿਹੜਾ ਹਿਸਾਬ ਤਾਂ ਫੜਿਆ ਹੋਇਆ ਅੱਜ ਤੁਸੀਂ ਬਾਦਲ ਦਲ ਨੂੰ ਕੋਈ ਅਕਾਲੀ ਦਲ ਤਾਂ ਮੰਨਦਾ ਨਹੀਂ, ਨਾ ਅਕਾਲੀ ਦਲ ਵਾਲਾ ਕੋਈ ਰੰਗ ਢੰਗ ਆ, ਇਹ ਸਾਰਾ ਕੁਛ ਜਿਹੜਾ ਚੱਲ ਰਿਹਾ ਇਹ ਬਿਲਕੁਲ ਉਵੇਂ ਦੀ ਜਮਾਤ ਬਣ ਚੁੱਕਿਆ ਜਿਵੇਂ ਕਾਂਗਰਸ ਆ, ਜਿਵੇਂ ਭਾਜਪਾ। ਉਹ ਆਪਦੇ ਐਵੇਂ ਵਹਿਮ ਜੇ ਵਿੱਚ ਆਪਦੇ ਆਪ ਨੂੰ ਰੱਖਣਾ ਕਿ ਸਾਨੂੰ ਲੋਕਾਂ ਲਈ ਪੰਥਕ ਸਮਝਦੇ ਹੋਣਗੇ, ਇਹੋ ਜਿਹੀ ਕੋਈ ਗੱਲ ਨਹੀਂ। ਬਿਲਕੁਲ ਤੁਸੀਂ ਹੁਕਮਨਾਮਿਆਂ ਦੀ, ਸਿੱਖੀ ਦੀ, ਸਿੱਖ ਸਿਧਾਂਤਾਂ ਦੀ, ਸਿੱਖ ਫਲਸਫੇ ਦੀ ਤੌਹੀਨ ਕਰਦੇ ਹੋ, ਤੇ ਇਸ ਵੇਲੇ ਸਾਡਾ ਜਿਹੜਾ ਪੰਥ ਹੈ ਉਹ ਜਿਹੋ ਜਿਹੇ ਮਾਹੌਲ 'ਚ ਆ, ਜਿਹੋ ਜਿਹੇ ਹਾਲਾਤ ਵਿੱਚ ਆ, ਉਹਦੇ ਉੱਤੇ ਤੁਹਾਡਾ ਅਸੀਂ ਅਹਿਸਾਨ ਹੀ ਮੰਨਾਂਗੇ ਜੇ ਤੁਸੀਂ ਪੰਥ ਨੂੰ, ਕੌਮ ਨੂੰ ਛੱਡ ਕੇ ਆਪੇ ਕੁਛ ਬਣ ਜੂ। ਇਹ ਸਰਦਾਰ ਕਪੂਰ ਸਿੰਘ ਵਾਲੀ ਗੱਲ ਹੀ ਆ, ਜਦੋਂ ਅਕਾਲੀ ਲੀਡਰ ਉਹਨਾਂ ਕੋਲ ਜਾਂਦੇ ਹੁੰਦੇ ਸੀ 1984 ਦੇ ਘੱਲੂ ਘਾਰੇ ਤੋਂ ਬਾਅਦ, ਉਹ ਕਹਿੰਦੇ ਜੀ ਕੀ ਕਰੀਏ, ਤਾਂ ਜੇਬ ਦੇ ਵਿੱਚੋਂ ਪੈਸੇ ਕੱਢ ਕੇ ਕਹਿੰਦੇ ਬਾਜ਼ਾਰੋਂ ਰੱਸਾ ਲਿਆਓ ਤੇ ਆਓ ਜਿਹੜਾ ਜਾਮਣ ਦਾ ਦਰਖਤ ਆ ਨਾ ਉਹਦੇ ਨਾਲ ਫਾਹਾ ਲੈ ਲਓ। ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਅਕਾਲੀ ਲੀਡਰਾਂ ਨੂੰ ਫਾਹੇ ਲੈ ਲੈਣੇ ਚਾਹੀਦੇ ਆ, ਕਿਉਂਕਿ ਅਸੀਂ ਸਰਦਾਰ ਕਪੂਰ ਸਿੰਘ ਜਿੱਡੀ ਹੈਸੀਅਤ ਨਹੀਂ ਹੈ, ਪਰ ਇੰਨਾ ਅਸੀਂ ਜ਼ਰੂਰ ਕਹਿੰਦੇ ਹੋ ਕਿ ਸ਼ੁਕਰ ਕਰਾਂਗੇ ਤੁਹਾਡਾ ਜੇਕਰ ਤੁਸੀਂ ਪੰਥ ਨੂੰ ਪਾਸੇ ਛੱਡ ਕੇ ਹੋ ਜਾਓਗੇ, ਕੌਮ ਦਾ ਕੁਛ ਬਣ ਜੂ, ਨਹੀਂ ਤਾਂ ਜਿਸ ਹਿਸਾਬ ਨਾਲ ਕੰਮ ਚੱਲ ਰਿਹਾ ਕੰਮ ਔਖਾ ਹੀ ਆ। ਸੋ ਪਰਮਿੰਦਰ ਸਿੰਘ ਬਰਾੜ ਤੇ ਮਨਜਿੰਦਰ ਸਿੰਘ ਸਰਸੇ ਮਗਰੋਂ ਹੋਰ ਕਿਹਦੀ ਕਿਹਦੀ ਭਾਜਪਾ 'ਚ ਛਾਲ ਮਾਰਨ ਦੀ ਖਬਰ ਆਉਂਦੀ ਆ, ਇਹ 'ਤੇ ਨਜ਼ਰ ਰੱਖਾਂਗੇ। ਅੱਜ ਲਈ ਇੰਨੇ ਕਾਫੀ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।